ਸਸ਼ੀਗਾਲ ਜੀ ਸਾਰਿਆਂ ਨੂੰ ਗੁੱਡ ਇਵਨਿੰਗ ਮੈਂ ਮਹਿੰਦਰ ਇੱਕ ਵਾਰ ਫੇਰ ਤੁਹਾਡਾ ਸਭ ਦਾ ਸਵਾਗਤ ਕਰਦਾ ਜੀ ਪੰਜਾਬ ਵੱਡਾ 247 ਦੇ YouTube ਚੈਨਲ ਦੇ ਉੱਪਰ ਤੇ ਇੱਕ ਵਾਰ ਆਪਾਂ ਫੇਰ ਲਾਈਵ ਹੋਏ ਹਾਂ ਜੀ ਪੀ ਟ੍ਰਿਪਲ ਐਸਬੀ ਕਲਰਕ ਵੀਡੀਓ ਐਕਸਾਈਜ ਇੰਸਪੈਕਟਰ ਤੇ ਫੋਰੈਸਟ ਗਾਰਡ ਦੀ ਕਲਾਸ ਲੈ ਕੇ ਰੀਜਨਿੰਗ ਦੀ ਜਿਸ ਦੇ ਅੰਦਰ ਆਪਾਂ ਟੌਪਿਕ ਕਰ ਰਹੇ ਹਾਂ ਜੀ ਕਿ ਬਲੱਡ ਰਿਲੇਸ਼ਨ ਹਾਂਜੀ ਹੁਣ ਰਿਸ਼ਤੇਦਾਰੀ ਨਹੀਂ ਕਰੂਗੀ ਤੰਗ ਤਾਂ ਫਟਾਫਟ ਇੱਕ ਵਾਰ ਸਾਰੇ ਜਿਹੜੇ ਸੈਸ਼ਨ ਨੂੰ ਸ਼ੇਅਰ ਕਰ ਦੋ राजे ਫਟਾਫਟ ਸ਼ੇਅਰ ਕਰ ਦੋ ਹਾਂਜੀ ਗੁੱਡ ਈਵਨਿੰਗ ਗੁੱਡ ਈਵਨਿੰਗ ਗੁੱਡ ਈਵਨਿੰਗ ਸਾਰਿਆਂ ਨੂੰ ਸਾਰੇ ਜਿਹਨੇ ਠੀਕ ਠਾਕ ਹੋ ਰੋਟੀ ਪਾਣੀ ਖਾ ਕੇ ਸਭ ਫ੍ਰੀ ਹੋ ਗਏ ਹੋਣੇ ਕਿਉਂਕਿ ਰਾਤ ਦੇ ਹੁਣ 10 ਵੱਜ ਚੁੱਕੇ ਨੇ ਤੇ 10 ਵਜੇ ਆਪਾਂ ਕਰ ਰਹੀਆਂ ਜੀ ਕਲਾਸ ਸਟਾਰਟ ਕਿਉਂਕਿ 10 ਵਜੇ ਤੱਕ ਸਾਰੇ ਰੋਟੀ ਪਾਣੀ ਖਾ ਕੇ ਬੈ ਜਾਂਦੇ ਨੇ ਮਹਿੰਦਰ ਸਰ ਦੀ ਕਲਾਸ ਦੇ ਵਿੱਚ ਕਿਉਂ ਕਿਉਂਕਿ ਹਰ ਬੰਦਾ ਤੰਗ ਹੈ ਜੀ ਰਿਸ਼ਤੇਦਾਰਾਂ ਦੇ ਤਾਨਿਆਂ ਤੋਂ ਤੇ ਸਭ ਤੋਂ ਪਹਿਲਾਂ ਜਿਹੜੇ ਇਹ ਵਾਲਾ ਕੁਐਸਚਨ ਨੇ ਡਾਇਰੈਕਟ ਬਲੱਡ ਰਿਲੇਸ਼ਨ ਦੇ ਜਿਸ ਦੇ ਅੰਦਰ ਕੀ ਹੁੰਦਾ ਹੈ ਕਿ ਰਿਸ਼ਤੇਦਾਰੀ ਆਪਾਂ ਨੂੰ ਨਹੀਂ ਕਰੇਗੀ ਤੰਗ ਤਾਂ ਪਹਿਲਾਂ ਇਹਨਾਂ ਨੂੰ ਹਟਾਵਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਕਿਸ ਦੇ ਉੱਪਰ ਜਦੋਂ ਆਪਾਂ ਲੱਗੇ ਤਾਂ ਫਿਰ ਰਿਸ਼ਤੇਦਾਰ ਵੀ ਤਾਨਾ ਮਾਰਨ ਹਟ ਜਾਣਗੇ ਸਹੀ ਹੈ ਜੀ ਸੱਸ਼ੀ ਕਲਰਾਜੇ ਸੱਸ਼ੀ ਕਲ ਸੱਸ਼ੀ ਕਲ ਸੱਸ਼ੀ ਕਲ ਗੋੜੀ ਤੇ ਜਿਨ੍ਹਾਂ ਨੇ ਹਲੇ ਤੱਕ ਦੁੱਧ-ਦੱਧ ਨਹੀਂ ਪੀਤਾ ਚਾਹ ਨਹੀਂ ਪੀਤੀ ਕੁਝ ਵੀ ਪੀਣਾ ਹੈ ਖਾਣਾ ਹੈ ਉਹ ਆਪਦੇ ਨਾਲ ਰੱਖ ਲਓ ਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ ਕਲਾਸ ਨੂੰ ਸਟਾਰਟ ਤੇ ਫਟਾਫਟ ਸਾਰੇ ਜਣੇ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਰਾਜੇ ਔਰ ਜਿੰਨਾ ਹੋ ਸਕਦਾ ਲਾਈਕ ਕਰੋ ਕਿਉਂਕਿ ਹੁਣ ਤੁਸੀਂ ਜੁੜ ਚੁੱਕੇ ਹੋ ਮਹਿੰਦਰ ਸਰ ਨਾਲ ਤੇ ਉਹ ਤੁਹਾਨੂੰ ਕਰਵਾਣਗੇ ਜੀ ਕਿਹ ਕੀ ਚੀਜ਼ ਵੀ ਰਿਸ਼ਤੇਦਾਰੀ ਹੁਣ ਤੁਹਾਨੂੰ ਨਹੀਂ ਕਰੇਗੀ ਤੰਗ ਹਾਂਜੀ ਸਸ਼ੀਕਾਲ ਸਸ਼ੀਕਾਲ ਗੁੱਡ ਇਵਨਿੰਗ ਰਾਜੇ ਤਾਂ ਦੇਖੋ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਅੱਜ ਕੀ ਹੈ ਅੱਜ ਕੁਝ ਸਪੈਸ਼ਲ ਵੀ ਹੈ ਨਾ ਅੱਜ ਕੀ ਹੈ ਅੱਜ ਹੈ ਜੀ ਟੀਚਰਸ ਡੇ 5 ਸੈਪਟੈਂਬਰ ਟੀਚਰਸ ਡੇ ਦੇ ਉੱਪਰ ਕੀ ਹੈ ਕਿ ਬਹੁਤ ਕੁਝ ਲਿਖੀਆਂ ਗਈਆਂ ਲਾਈਨਾਂ ਲੇਕਿਨ ਅਗਰ ਆਪਾਂ ਗੱਲ ਕਰੀਏ ਟੀਚਰਸ ਦੇ ਦੀ ਤਾਂ ਸਭ ਤੋਂ ਪਹਿਲਾ ਜਿਹੜੀ ਟੀਚਰ ਹੁੰਦੀ ਹੈ ਉਹ ਹੁੰਦੀ ਹੈ ਜੀ ਮਾਂ ਹਨਾ ਬਿਲਕੁਲ ਕਿਉਂਕਿ ਦੇਖੋ ਆਪਾਂ ਸਟਾਰਟਿੰਗ ਦੇ ਅੰਦਰੋਂ ਜਦੋਂ ਵੀ ਬੱਚਾ ਜਦੋਂ ਮਾਂ ਦੇ ਕੋਖ ਚ ਹੁੰਦਾ ਜਿਵੇਂ ਆਪਾਂ ਕਹਿ ਲੈਂਦੇ ਢਿੱਡ ਚ ਹੁੰਦਾ ਉਦੋਂ ਤੋਂ ਹੀ ਕੀ ਹੈ ਬੱਚਾ ਉੱਥੋਂ ਹੀ ਸਿੱਖਣਾ ਸਟਾਰਟ ਕਰਦਾ ਹੈ ਉਸ ਤੋਂ ਬਾਅਦ ਜਨਮ ਤੋਂ ਬਾਅਦ ਉਹਦੀ ਰਿਸ਼ਤੇਦਾਰੀਆਂ ਵਧਦੀਆਂ ਉਹ ਸਿੱਖਦਾ ਜਾਂਦਾ ਸਿੱਖਦਾ ਜਾਂਦਾ ਤੇ ਆਪਾਂ ਇੱਕ ਛੋਟੇ ਜਿਹੇ ਬੱਚਾ ਜਿਹੜਾ ਹੁੰਦਾ ਉਸ ਮਤਲਬ ਏਜ ਤੋਂ ਆਪਾਂ ਸਿੱਖਣਾ ਸਟਾਰਟ ਕਰਦੇ ਆਂ ਤੇ ਲਾਸਟ ਤੱਕ ਕੀ ਹੈ ਕਿ ਬੰਦਾ ਸਿੱਖਦਾ ਹੀ ਜਾਂਦਾ ਹੈ ਤਾਂ ਸਭ ਤੋਂ ਪਹਿਲੇ ਜੇ ਉਹ ਅਗਰ ਸੱਚੇ ਜੋ ਟੀਚਰ ਨੇ ਜੋ ਕਿ ਦੇਖੋ ਬਾਕੀ ਟੀਚਰਸ ਨੇ ਜਿਵੇਂ ਅਸੀਂ ਆ ਕੁਝ ਹੋਰ ਟੀਚਰਸ ਨੇ ਉਹ ਕੀ ਆ ਸਿਰਫ ਕਿਤਾਬੀ ਗਿਆਨ ਦਿੰਦੇ ਨੇ ਲੇਕਿਨ ਵਿਹਵਾਰਿਕ ਗਿਆਨ ਸੰਸਾਰਿਕ ਗਿਆਨ ਸਾਂਸਕ੍ਰਿਤਿਕ ਗਿਆਨ ਕੌਣ ਦਿੰਦਾ ਜੀ ਮਾਪਿਓ ਦਿੰਦੇ ਨੇ ਤਾਂ ਸਭ ਤੋਂ ਵੱਡੇ ਟੀਚਰ ਉਹ ਆ ਜੀ ਸਭ ਤੋਂ ਪਹਿਲਾਂ ਉਹਨਾਂ ਨੂੰ ਮੇਰੇ ਵੱਲੋਂ ਪ੍ਰਣਾਮ ਤੇ ਤੁਹਾਡੇ ਸਾਰੇ ਜਿੰਨੇ ਵੀ ਮੇਰੇ ਸਟੂਡੈਂਟਸ ਇਸ ਟਾਈਮ ਲਾਈਵ ਨੇ ਸਾਰਿਆਂ ਦੇ ਮਦਰ ਫਾਦਰ ਨੂੰ ਮੇਰੇ ਵੱਲੋਂ ਜੀ ਪਿਆਰ ਪਰਿਸ਼ਸ਼ੀਕਾਲ ਤੇ ਮੇਰੇ ਵੱਲੋਂ ਉਹਨਾਂ ਨੂੰ ਆਪਦਾ ਗੁਰੂ ਮੰਨਦੇ ਹੋਏ ਉਹਨਾਂ ਨੂੰ ਪ੍ਰਣਾਮ ਤੇ ਚਲੋ ਜੀ ਅੱਜ ਦੇ ਮੋਟੀਵੇਸ਼ਨਲ ਕੋਟ ਨਾਲ ਆਪਾਂ ਕਰਦੇ ਆਂ ਜੀ ਅੱਜ ਦੀ ਕਲਾਸ ਨੂੰ ਸਟਾਰਟ ਦੇਖੋ ਕਿੰਨੀ ਵਧੀਆ ਲਾਈ ਗੁਰੂ ਹੈ ਪਿਤਾ ਵੀ ਗੁਰੂ ਹੈ ਹਾਂਜੀ ਮਾਂ ਵੀ ਗੁਰੂ ਹੈ ਤੇ ਪਿਤਾ ਵੀ ਗੁਰੂ ਹੈ ਸਕੂਲ ਅਧਿਆਪਕ ਵੀ ਕੀ ਹੈ ਗੁਰੂ ਹੈ ਹਾਂਜੀ ਸਕੂਲ ਦਾ ਜਿਹੜਾ ਅਧਿਆਪਕ ਹੈ ਜਿੱਥੋਂ ਆਪਾਂ ਪਹਿਲਾ ਸਟਾਰਟਿੰਗ ਸਭ ਤੋਂ ਪੜਨਾ ਸਟਾਰਟ ਕੀਤਾ ਸੀ ਏ ਬੀ ਸੀ ਡੀ ਸਿੱਖੀ ਕਿਸੇ ਨੇ ਊੜਾ ੜਾ ਸਿੱਖਿਆ ਕਿਸੇ ਨੇ ਕ ਖ ਗ ਗ ਸਿੱਖਿਆ ਸਾਰੇ ਦੇ ਸਾਰੇ ਅਧਿਆਪਕ ਉਹ ਵੀ ਆਪਣੇ ਕੀਨੇ ਗੁਰੂ ਨੇ ਉਸ ਤੋਂ ਬਾਅਦ ਉਹ ਕਹਿੰਦੇ ਆ ਜੋ ਵੀ ਅਸੀਂ ਸਿੱਖਿਆ ਹੈ ਜੋ ਵੀ ਅਸੀਂ ਸਿੱਖਿਆ ਹੈ ਸਾਡੇ ਲਈ ਹਰ ਵਿਅਕਤੀ ਗੁਰੂ ਹੈ ਹਾਂਜੀ ਕਿ ਜਿਸ ਤੋਂ ਅਸੀਂ ਕੁਛ ਨਾ ਕੁਛ ਸਿੱਖਿਆ ਚਾਹੇ ਉਹ ਛੋਟਾ ਬੱਚਾ ਹੈ ਚਾਹੇ ਉਹ ਕੋਈ ਚੀਜ਼ ਹੈ ਜਿਵੇਂ ਆਪਾਂ ਕਹਿੰਦੇ ਆ ਪ੍ਰਕਿਰਤੀ ਪ੍ਰਕਿਰਤੀ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾਂ ਉਹ ਵੀ ਆਪਣੀ ਕੀ ਹੈ ਗੁਰੂ ਹੈ ਤਾਂ ਇਸੇ ਗੁਰੂ ਨੂੰ ਸਾਰੇ ਜਿੰਨਾ ਤੋਂ ਆਪਾਂ ਕੁਛ ਨਾ ਕੁਛ ਸਿੱਖਿਆ ਜੋ ਕੁਝ ਵੀ ਗਿਆਨ ਲਿਆ ਹੈ ਉਹ ਸਾਰੇ ਆਪਾਂ ਨੂੰ ਗਿਆਨ ਦੇਣ ਵਾਲਿਆਂ ਨੂੰ ਆਪਾਂ ਗੁਰੂ ਮੰਨਦੇ ਹੋਏ ਉਹਨਾਂ ਨੂੰ ਕੀ ਕਰਦੇ ਆਂ ਜੀ ਪੰਡਾਮ ਕਰਦੇ ਆਂ ਕਿਉਂਕਿ ਅੱਜ ਹੈ ਸਪੈਸ਼ਲ ਟੀਚਰਸ ਡੇ ਤਾਂ ਇਸੇ ਦੇ ਨਾਲ ਆਪਾਂ ਕਲਾਸ ਨੂੰ ਕਰਦੇ ਆਂ ਜੀ ਸਟਾਰਟ ਇੱਕ ਵਾਰ ਫੇਰ ਫਟਾਫਟ ਸਾਰੇ ਜਿਹਨੇ ਸੈਸ਼ਨ ਨੂੰ ਸ਼ੇਅਰ ਕਰ ਦੋ ਤੇ ਜਿਨ੍ਹਾਂ ਨੇ ਸੈਸ਼ਨ ਨੂੰ ਹਲੇ ਸ਼ੇਅਰ ਨਹੀਂ ਕੀਤਾ ਰਾਜੇ ਗਲਤ ਗੱਲ ਹੈ ਅੱਜ ਟੀਚਰਸ ਡੇ ਹੈ ਤੇ ਅੱਜ ਤੁਸੀਂ ਇੰਨਾ ਸ਼ੇਅਰ ਕਰਨਾ ਇਸ ਕਲਾਸ ਨੂੰ ਕਿ ਮਤਲਬ ਇੱਕ ਰਿਕਾਰਡ ਬਣਾ ਦੋ ਠੀਕ ਹੈ ਜੀ ਕਰੀਏ ਕਲਾਸ ਨੂੰ ਸਟਾਰਟ ਚਲੋ ਜੀ ਇਸੇ ਦੇ ਨਾਲ ਆਪਾਂ ਕਲਾਸ ਨੂੰ ਕਰਦੇ ਹਾਂ ਜੀ ਸਟਾਰਟ ਤੇ ਸਭ ਤੋਂ ਫਸਟ ਹਾਂਜੀ ਦੇਖੋ ਕਿੰਦੇ ਮਤਲਬ ਯਾਦ ਦੇ ਵਿੱਚ ਟੀਚਰਸ ਡੇ ਮਨਾਇਆ ਜਾਂਦਾ ਹੈ ਹਾਂਜੀ ਕਿੰਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਟੀਚਰਸ ਡੇ ਤਾਂ ਉਹਨਾਂ ਦੀ ਉਸ ਮਹਾਨ ਸ਼ਕਤੀ ਦੀ ਫੋਟੋ ਤੁਹਾਡੇ ਸਾਹਮਣੇ ਹੈ ਜਿਨ੍ਹਾਂ ਨੂੰ ਆਪਾਂ ਕੀ ਕੰਨੇ ਆ ਡਾਕਟਰ ਸਰਵਪੱਲੀ ਰਾਦਾ ਕ੍ਰਿਸ਼ਨਨ ਹਾਂ ਨਾ ਡਾਕਟਰ ਸਰਵਪੱਲੀ ਰਾਦਾ ਕ੍ਰਿਸ਼ਨਨ ਤਾਂ ਹੈਪੀ ਟੀਚਰਸ ਡੇ ਕੀ ਕਹਿ ਰਿਹਾ ਕਹਿੰਦੇ ਨੇ ਕਿ ਦਾ ਟ੍ਰੂ ਟੀਚਰਸ ਆਰ ਦੋਜ਼ ਹੂ ਹੈਲਪ ਅਸ ਥਿੰਕ ਫੋਰ ਆਵਰ ਸੈਲਫ ਹਾਂਜੀ ਜੋ ਕਿ ਆਪਣੇ ਬਾਰੇ ਹੀ ਹਮੇਸ਼ਾ ਸੋਚਦੇ ਨੇ ਉਹਨਾਂ ਸਾਰੇ ਟੀਚਰਸ ਨੂੰ ਆਪਾਂ ਕੀ ਕਰਨਾ ਹੈ ਥੈਂਕਸ ਕਰਨਾ ਹੈ ਮਤਲਬ ਸਾਰੇ ਤੁਹਾਡੇ ਬਾਰੇ ਤੁਹਾਡੇ ਭਲੇ ਲਈ ਸੋਚਦੇ ਨੇ ਉਹ ਕਹਿੰਦੇ ਆ ਨਾ ਕਿ ਇੱਕ ਇੱਕ ਫਾਦਰ ਸਾਹਿਬ ਹੁੰਦੇ ਨੇ ਹਾਂਜੀ ਇੱਕ ਤਾਂ ਫਾਦਰ ਹੁੰਦੇ ਨੇ ਜੋ ਆਪਣੇ ਬੱਚਿਆਂ ਦੀ ਕੀ ਮੰ ਤਰੱਕੀ ਦੇਖ ਕੇ ਖੁਸ਼ ਹੁੰਦੇ ਨੇ ਤੇ ਦੂਜੇ ਕੌਣ ਹੁੰਦੇ ਨੇ ਟੀਚਰ ਹੁੰਦੇ ਨੇ ਜੋ ਆਪਦੇ ਬੱਚਿਆਂ ਦੀ ਕੀ ਆ ਆਪ ਤੋਂ ਵੀ ਉੱਚੇ ਪੱਤੇ ਉਹਨਾਂ ਨੂੰ ਦੇਖਣਾ ਚਾਹੁੰਦੇ ਆ ਠੀਕ ਹੈ ਜੀ ਚਲੋ ਜੀ ਇਸੇ ਦੇ ਨਾਲ ਕਰਦੇ ਆ ਜੀ ਕਲਾਸ ਨੂੰ ਸਟਾਰਟ ਤੇ ਅੱਜ ਦਾ ਕੀ ਹੈ ਕਿ ਜਿਨ੍ਹਾਂ ਨੇ ਹਲੇ ਤੱਕ ਅਡਾ 247 ਦੀ ਜੋ ਐਪਲੀਕੇਸ਼ਨ ਹੈ ਉਸ ਨੂੰ ਅਗਰ ਕਿਸੇ ਨੇ ਹਲੇ ਤੱਕ ਇੰਸਟਾਲ ਨਹੀਂ ਕੀਤਾ ਰਾਜੇ ਕਰ ਲੋ ਕਿਉਂਕਿ ਪ੍ਰੀਮੀਅਮ ਸਟੱਡੀ ਮਟੀਰੀਅਲ ਕਰੰਟ ਅਫੇਅਰ ਡੇਲੀ ਕੁਇਜ਼ ਮੈਗਜ਼ੀਨ ਨੋਟਸ ਆਰਟੀਕਲ ਸਬਜੈਕਟ ਵਾਈਜ਼ ਜੋਬ ਅਲਰਟ ਪਾਵਰ ਕੈਪਸੂਲ ਤੇ ਵੀਡੀਓ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਹੀ ਐਪ ਦੇ ਅੰਦਰ ਮਿਲਦਰੀਆਂ ਤੇ ਉਸ ਐਪ ਦਾ ਨਾਮ ਕੀ ਹੈ ਜੀ ਉਸ ਐਪ ਦਾ ਨਾਮ ਹੈ ਜੀ ਅੱਡਾ 247 ਤੇ ਉਸ ਤੋਂ ਬਾਅਦ ਚੱਲਦੇ ਹਾਂ ਜੀ ਅੱਗੇ ਤੇ ਜਿਨ੍ਹਾਂ ਨੇ ਹਲੇ ਤੱਕ ਪੰਜਾਬ ਅੱਡਾ 247 ਦਾ YouTube ਚੈਨਲ ਅਗਰ ਸਬਸਕ੍ਰਾਈਬ ਨਹੀਂ ਕੀਤਾ ਰਾਜੇ ਕਰ ਲੋ ਤੇ ਬੈਲ ਆਈਕਨ ਦਬਾਣਾ ਨਹੀਂ ਬੋਲਣਾ ਕਿਉਂਕਿ ਇਹ ਬੈਲ ਆਈਕਨ ਨੇ ਹੀ ਤੁਹਾਨੂੰ ਸਾਰੀਆਂ ਅਪਡੇਟਸ ਦੇਣੀਆਂ ਹਨ ਜੀ ਇਹਨੇ ਕੀ ਕਰਨਾ ਸਾਰੀਆਂ ਅਪਡੇਟਸ ਤੁਹਾਨੂੰ ਦੇਣੀਆਂ ਤਾਂ ਇਸ ਨੂੰ ਜ਼ਰੂਰ ਦਬਾ ਲੈਣਾ ਔਰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਰਾਜੇ ਉਹ ਸਬਸਕ੍ਰਾਈਬ ਕਰ ਲੋ ਲੋ ਜੀ ਅੱਜ ਹੈ ਜੀ ਆਪਣੀ ਕਲਾਸ ਕਿਹਦੇ ਉੱਪਰ ਬਲੱਡ ਰਿਲੇਸ਼ਨ ਕਿ ਰਿਸ਼ਤੇਦਾਰੀ ਨਹੀਂ ਕਰੂਗੀ ਤੁਹਾਨੂੰ ਹੁਣ ਤਾਂ ਉਸ ਦੇ ਉੱਪਰ ਜੀ ਆਪਾਂ ਪਹਿਲਾਂ ਬੇਸਿਕ ਕੀਤਾ ਬੇਸਿਕ ਦੇ ਅੰਦਰ ਆਪਾਂ ਕਾਫੀ ਕੁਝ ਸਿੱਖਿਆ ਜਿਸ ਦੇ ਅੰਦਰ ਕਿਸੇ ਦੇ ਵੱਲ ਇਸ਼ਾਰਾ ਕਰਕੇ ਗੱਲ ਕਰ ਰਿਹਾ ਕੋਈ ਫੋਟੋ ਵੱਲ ਕੋਈ ਦੋ ਬੰਦੇ ਤੀਜੇ ਬੰਦੇ ਵੱਲ ਗੱਲ ਕਰ ਰਹੇ ਨੇ ਫਿਰ ਰਿਸ਼ਤੇਦਾਰੀ ਲੈ ਕੇ ਆਉਂਦੇ ਨੇ ਤੇ ਉਹਨੂੰ ਉਲਝਾ ਕੇ ਦੇ ਆਪ ਦਾ ਰਿਸ਼ਤੇਦਾਰ ਬਣਾ ਲੈਂਦੇ ਨੇ ਸੇਮ ਉਸੇ ਤਰੀਕੇ ਨਾਲ ਅੱਜ ਆਪਾਂ ਕੁਝ ਨਵੇਂ ਟਾਈਪ ਦੇ ਕੁਐਸਚਨ ਕਰਾਂਗੇ ਜਿਸ ਦੇ ਅੰਦਰ ਕੀ ਹੋਏਗਾ ਜਿਸ ਦੇ ਅੰਦਰ ਹੋਣਗੇ ਕੁਝ ਪੁਆਇੰਟ ਦੇ ਕੇ ਜਿਵੇਂ A B ਦਾ ਫਾਦਰ ਲੱਗਦਾ ਹੈ B C ਦੀ ਮਦਰ ਲੱਗਦੀ ਹੈ ਇਸ ਟਾਈਪ ਦੇ ਕਾਫੀ ਅਲੱਗ ਟਾਈਪ ਦੇ ਕੁਐਸਚਨ ਹੋਣਗੇ ਤਾਂ ਫਟਾਫਟ ਇੱਕ ਵਾਰ ਥੰਬ ਪ੍ਰੈਸ ਕਰ ਦੋਗੇ ਹਾਂਜੀ ਸਰ ਬਿਲਕੁਲ ਸਾਨੂੰ ਸਭ ਕੁਝ ਓਕੇ ਹੈ ਤੁਸੀਂ ਸਾਨੂੰ ਮੋਟੀਵੇਟ ਕੀਤਾ ਉਸ ਮੋਟੀਵੇਸ਼ਨ ਦੇ ਨਾਲ ਥੰਬ ਪ੍ਰੈਸ ਕਰਦੇ ਹੋਏ ਮੇਰੇ ਨਾਲ ਕਰੋ ਜੀ ਇਹ ਵਾਲੇ ਕੁਐਸਚਨ ਚਲੋ ਜੀ ਸਭ ਤੋਂ ਫਰਸਟ ਦੇਖੋ ਜੀ ਹਾਂਜੀ ਬਲੱਡ ਰਿਲੇਸ਼ਨ ਬੇਸਿਕ ਆਪਾਂ ਸਾਰੀ ਚੀਜ਼ ਕਲੀਅਰ ਕਰ ਲਈ ਸੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂ ਬਿਲਕੁਲ ਰਿਸ਼ਤੇਦਾਰ ਕਾਫੀ ਲੋਗਾਂ ਨੂੰ ਜੀ ਤਾਨੇ ਮਾਰਦੇ ਨੇ ਪਰ ਆਪਾਂ ਤਾਨੇ ਹੁਣ ਨਹੀਂ ਸੁਣਨੇ ਉਹਨਾਂ ਦੇ ਤਾਨੇ ਬੰਦ ਕਰਨ ਦਾ ਤੁਹਾਡੇ ਕੋਲ ਇੱਕ ਹੀ ਇੱਕੋ ਮਾਤਰ ਇਲਾਜ ਹੈ ਉਹ ਇਲਾਜ ਕੀ ਹੈ ਉਹ ਹੈ ਜੀ ਗਵਰਨਮੈਂਟ ਜੋਬ ਦਾ ਠੱਪਾ ਲਵਾਣਾ ਹਾਂਜੀ ਗਵਰਨਮੈਂਟ ਸਰਵੈਂਟ ਬਣਨਾ ਗਵਰਨਮੈਂਟ ਸਰਕਾਰੀ ਜਿਵੇਂ ਆਪਾਂ ਕਹਲੇ ਵੀ ਸਰਕਾਰੀ ਇੱਕ ਨੌਕਰੀ ਲੱਗ ਕੇ ਆਪਦੇ ਉੱਪਰ ਪੱਕੀ ਮੋਹਰ ਲਵਾਣੀ ਸਿਰਫ ਇੱਕ ਹੀ ਮੌਕਾ ਹੈ ਉਹਨਾਂ ਤਾਨਿਆਂ ਤੋਂ ਬਚਣ ਦਾ ਚਲੋ ਜੀ ਕਰਦੇ ਆ ਜੀ ਕਲਾਸ ਨੂੰ ਸਟਾਰਟ ਸਭ ਤੋਂ ਫਰਸਟ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਹਾਂਜੀ ਸਭ ਤੋਂ ਫਰਸਟ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਤੁਹਾਨੂੰ ਹੋਮਵਰਕ ਦਿੱਤਾ ਹੋਇਆ ਸੀ ਸਾਰਿਆਂ ਨੂੰ ਇਹ ਕੁਐਸਚਨ ਆਪਣੀ ਕਲਾਸ ਇੱਕ ਵਿੱਚ ਆਲੇ ਨਹੀਂ ਹੋਈ ਸੀ ਸ਼ਨੀਵਾਰ ਨੂੰ ਕੋਈ ਗੱਲ ਨਹੀਂ ਲੇਕਿਨ ਹੁਣ ਕਲਾਸ ਮੋਂ ਆਪਾਂ ਕੰਟੀਨਿਊ ਕਰ ਰਹੇ ਆ ਤਾਂ ਇਸ ਦਾ ਆਨਸਰ ਫਟਾਫਟ ਕਰੋ ਰਾਜੇ ਸਾਰੇ ਜਣੇ ਕੀ ਆਨਸਰ ਸੀ ਇਸ ਦਾ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਰਾਜੇ ਗੁੱਡ ਈਵਨਿੰਗ ਰਾਜੇ ਗੁੱਡ ਈਵਨਿੰਗ ਗੁੱਡ ਈਵਨਿੰਗ ਰਾਜੇ ਹਾਂਜੀ ਫਟਾਫਟ ਦੱਸੋ ਕੀ ਹੋਏਗਾ ਇਸ ਦਾ ਆਨਸਰ ਕੀ ਕਹਿ ਰਿਹਾ ਹੈ ਕਹਿੰਦਾ ਜੀ ਪਾਰਕ ਵਿੱਚ ਪਾਰਕ ਵਿੱਚ ਇੱਕ ਲੜਕੀ ਵੱਲ ਇਸ਼ਾਰਾ ਕਰਦੇ ਹੋਏ ਮੋਹਨ ਨੇ ਕਿਹਾ ਮੋਹਨ ਕੀ ਕਹਿ ਰਿਹਾ ਕਹਿੰਦਾ ਉਸ ਦੀ ਮਾਂ ਦਾ ਪਰਾ ਮੇਰੀ ਮਾਂ ਦੇ ਪਿਤਾ ਦਾ ਇਕਲੌਤਾ ਪੁੱਤਰ ਹੈ ਹਾਂਜੀ ਇਸ਼ਾਰਾ ਕਿਸ ਦੀ ਵੱਲ ਕਰ ਰਿਹਾ ਹੈ ਹਾਂਜੀ ਇਸ਼ਾਰਾ ਕਿਸ ਦੀ ਵੱਲ ਕਰ ਰਿਹਾ ਹੈ ਇਸ਼ਾਰਾ ਕਰ ਰਿਹਾ ਜੀ ਇੱਕ ਲੜਕੀ ਵੱਲ ਕੌਣ ਇਸ਼ਾਰਾ ਕਰ ਰਿਹਾ ਜੀ ਮੋਹਨ ਲੋ ਜੀ ਇੱਕ ਕੁੜੀ ਹੈ ਇਹਦੇ ਵੱਲ ਇਸ਼ਾਰਾ ਕਰ ਰਿਹਾ ਹੈ ਕੌਣ ਕਰ ਰਿਹਾ ਹੈ ਕਹਿੰਦਾ ਜੀ ਇੱਕ ਲੜਕੀ ਵੱਲ ਇਸ਼ਾਰਾ ਕਰਦੇ ਹੋਏ ਮੋਹਨ ਨੇ ਕਿਹਾ ਹੁਣ ਆਪਾਂ ਨੂੰ ਮੋਹਨ ਦਾ ਨਹੀਂ ਪਤਾ ਹਾਂਜੀ ਉਹ ਮੋਹਨ ਰਾਣੀ ਵੀ ਹੋ ਸਕਦੀ ਹੈ ਤੇ ਮੋਹਨ ਰਾਮ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਚਲੋ ਜੀ ਇਹਨੇ ਇਸ਼ਾਰਾ ਕੀਤਾ ਜੀ ਇਹਦੇ ਵੱਲ ਹਾਂਜੀ ਕਹਿੰਦਾ ਜੀ ਇਹ ਜਿਹੜੀ ਕੁੜੀ ਹੈ ਕੀ ਹੈ ਉਹ ਕਹਿੰਦਾ ਉਸ ਦੀ ਮਾਂ ਮਤਲਬ ਇਸ ਲੜਕੀ ਦੀ ਕੀ ਚੀਜ਼ ਮਾਂ ਇਸ ਲੜਕੀ ਦੀ ਕੀ ਮਦਰ ਹਾਂਜੀ ਇਸ ਲੜਕੀ ਦੀ ਮਦਰ ਲੋ ਜੀ ਕਹਿੰਦਾ ਉਸ ਦੀ ਮਾਂ ਦਾ ਭਰਾ ਇਸ ਦਾ ਬ੍ਰਦਰ ਇਸ ਦਾ ਕੋਈ ਬ੍ਰਦਰ ਹੈ ਲੋ ਜੀ ਉਸ ਦਾ ਭਰਾ ਮੇਰੀ ਮਾਂ ਦਾ ਆਪਦੇ ਉੱਪਰ ਰਿਲੇਸ਼ਨ ਲੈ ਆਇਆ ਜੀ ਕਹਿੰਦਾ ਜੀ ਮੇਰੀ ਮਾਂ ਦਾ ਕੀ ਹੈ ਜੀ ਮਾਂ ਦੇ ਪਿਤਾ ਦਾ ਹੁਣ ਮਾਂ ਹੈ ਉਸ ਤੋਂ ਬਾਅਦ ਉਹਨਾਂ ਦੇ ਫਾਦਰ ਸਾਹਿਬ ਨੇ ਹਾਂਜੀ ਉਹਨਾਂ ਦੇ ਫਾਦਰ ਸਾਹਿਬ ਨੇ ਠੀਕ ਹੈ ਜੀ ਕਹਿੰਦਾ ਜੀ ਉਹਨਾਂ ਦਾ ਕੀ ਹੈ ਜੀ ਇਕਲੌਤਾ ਪੁੱਤਰ ਹੈ ਇਹਨਾਂ ਦਾ ਕੀ ਹੈ ਇਕਲੌਤਾ ਪੁੱਤਰ ਹੈ ਕੌਣ ਇਹ ਜਿਹੜੇ ਇਸ ਦੇ ਇਸ ਕੁੜੀ ਦੇ ਕੀਨੇ ਫਾਦਰ ਨੇ ਕਹਿੰਦਾ ਜੀ ਮੇਰੇ ਮਾਂ ਦਾ ਦੇ ਪਿਤਾ ਦਾ ਇਕਲੋਤਾ ਪੁੱਤਰ ਅਗਰ ਇਹ ਚੀਜ਼ ਇੱਥੇ ਹੁੰਦੀ ਤਾਂ ਇਹਦਾ ਕੀ ਲੱਗੇਗਾ ਇਹਦਾ ਕੀ ਲੱਗੇਗਾ ਇਹਦਾ ਲੱਗੇਗਾ ਜੀ ਮਾਮਾ ਹਾਂਜੀ ਮੋਹਨ ਦਾ ਕੀ ਲੱਗੇਗਾ ਮੋਹਨ ਦਾ ਕੀ ਲੱਗਿਆ ਮੋਹਨ ਦਾ ਕੀ ਹੈ ਮਾਮਾ ਹੈ ਠੀਕ ਹੈ ਜੀ ਤਾਂ ਉਹ ਕੀ ਕਹਿ ਰਿਹਾ ਕੁੜੀ ਦੀ ਮਾਂ ਦਾ ਮੋਹਨ ਨਾਲ ਕੀ ਸੰਬੰਧ ਹੈ ਕਹਿੰਦਾ ਜੀ ਕੁੜੀ ਦੀ ਜਿਹੜੀ ਮਾਂ ਹੈ ਉਹ ਮੋਹਨ ਦੀ ਕੀ ਲੱਗੇਗੀ ਉਹ ਮੋਹਨ ਦੀ ਕੀ ਲੱਗੇਗੀ ਹੁਣ ਦੇਖੋ ਇੱਥੇ ਉਹਨੇ ਕੀ ਕਿਹਾ ਉਹ ਕਹਿੰਦੇ ਵੀ ਮੇਰੀ ਮਾਂ ਦੇ ਪਿਤਾ ਦਾ ਇਕਲੋਤਾ ਬ੍ਰਦਰ ਹੈ ਇਹ ਹੋ ਸਕਦਾ ਹੈ ਇਹ ਜਾਂ ਤਾਂ ਮੋਹਨ ਦੀ ਕੀ ਹੋਏਗੀ ਮਦਰ ਹੋਏਗੀ ਜਾਂ ਫਿਰ ਮੋਹਨ ਦੀ ਕੀ ਹੋ ਸਕਦੀ ਹੈ ਮਾਸੀ ਹੋ ਸਕਦੀ ਹੈ ਕਿਉਂਕਿ ਇਹ ਤਾਂ ਮਾਮਾ ਹੈ ਇਹ ਉਹਦੀ ਕੀ ਹੈ ਹਾਂਜੀ ਇਹ ਇਹ ਬ੍ਰਦਰ ਸੀਗਾ ਇਹਦਰ ਬ੍ਰਦਰ ਸੀ ਤਾਂ ਇਹ ਸਿਸਟਰ ਹੈ ਹੁਣ ਹੋ ਸਕਦਾ ਹੈ ਵੀ ਇਹ ਮੋਹਨ ਦੀ ਮਦਰ ਵੀ ਹੋਵੇ ਜਾਂ ਫਿਰ ਕੀ ਹੋ ਸਕਦਾ ਹੈ ਮੋਹਨ ਦੀ ਮਾਸੀ ਵੀ ਹੋਵੇ ਆਪਾਂ ਨੂੰ ਕਨਫਰਮ ਨਹੀਂ ਹੈ ਉਹ ਕਹਿੰਦਾ ਵੀ ਕੁੜੀ ਦੀ ਮਾਂ ਦਾ ਇਸ ਦਾ ਪੁੱਛਿਆ ਗਿਆ ਮੋਹਨ ਨਾਲ ਕੀ ਰਿਲੇਸ਼ਨ ਹੈ ਤਾਂ ਜਾਂ ਤਾਂ ਮਦਰ ਜਾਂ ਫਿਰ ਆਂਟ ਤਾਂ ਆਪਣੇ ਕੋਲ ਦੋਨੋਂ অপਸ਼ਨ ਨੇ ਮਦਰ ਵੀ ਹੈ ਤੇ ਆਂਟ ਵੀ ਹੈ ਲੇਕਿਨ ਉਹਨੇ ਦੇਖੋ ਇੱਥੇ ਕੀ ਹੈ ਇੱਥੇ ਉਹਨੇ ਕੋਈ ਇਕਲੋਤਾ ਵਰਡ ਯੂਜ਼ ਨਹੀਂ ਕੀਤਾ ਹਾਂਜੀ ਓਨਲੀ ਵਰਡ ਇੱਥੇ ਕੋਈ ਵੀ ਉਹਨੇ ਯੂਜ਼ ਨਹੀਂ ਕੀਤਾ ਤਾਂ ਇਟ ਮੀਨਸ ਕੀ ਹੈ ਜੀ ਉਹ ਉਹਦੀ ਕੀ ਲੱਗੇਗੀ ਉਹ ਆਂਟ ਲੱਗੇਗੀ ਹਾਂਜੀ ਕੀ ਲੱਗੇਗੀ ਉਹ ਆਂਟ ਲੱਗੇਗੀ ਕਹਿੰਦੀ ਕੁੜੀ ਦਾ ਮਾਂ ਦਾ ਮੋਹਨ ਦੇ ਨਾਲ ਕੀ ਸੰਬੰਧ ਹੈ ਤਾਂ ਉਹਨਦੀ ਕੀ ਲੱਗੇਗੀ ਉਹਨਦੀ ਲੱਗੇਗੀ ਜੀ ਆਂਟ ਹਾਂਜੀ ਕਲੀਅਰ ਹੋ ਗਿਆ ਸਾਰਿਆਂ ਨੂੰ ਅਗਰ ਸਾਰਿਆਂ ਨੂੰ ਕਲੀਅਰ ਹੋ ਗਿਆ ਫਟਾਫਟ ਫਟਾਫਟ ਇੱਕ ਵਾਰ ਥੰਮ ਪ੍ਰੈਸ ਕਰ ਦੋਗੇ ਹਾਂਜੀ ਸਰ ਕਲੀਅਰ ਹੋ ਗਿਆ ਫਿਰ ਆਪਾਂ ਚੱਲੀਏ ਜੀ ਅਗਲੇ ਕੁਐਸਚਨ ਤੇ ਹਾਂਜੀ ਕਲੀਅਰ ਹੈ ਰਹਾ ਜੇ ਸਾਰਿਆਂ ਨੂੰ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਠੀਕ ਹੈ ਜੀ ਚਲੋ ਅਗਲੇ ਕੁਐਸਚਨ ਤੇ ਚਲਦੇ ਹਾਂ ਜੀ ਅਗਲਾ ਕੁਐਸਚਨ ਆ ਗਿਆ ਜੀ ਤੁਹਾਡੀ ਸਕਰੀਨ ਤੇ ਲੋ ਜੀ ਰਾਜੇ ਅੱਜ ਦਾ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਕੀ ਕਹਿੰਦਾ ਜੀ ਟੀ ਇਜ਼ ਦਾ ਸਨ ਆਫ ਪੀ ਕਿਉ ਇਜ਼ ਦਾ ਗ੍ਰੈਂਡ ਡਾਟਰ ਆਫ ਡਬਲਿਊ ਔਰ ਉਸ ਤੋਂ ਬਾਅਦ ਕਹਿ ਰਿਹਾ ਜੀ ਆਫ ਡਬਲਿਊ ਹੂ ਇਜ਼ ਦਾ ਹਸਬੰਡ ਆਫ ਪੀ ਹਾਊ ਇਜ਼ ਟੀ ਰਿਲੇਟਿਡ ਟੂ ਓ ਹਾਂਜੀ ਇਸ ਵਾਰ ਪੁਆਇੰਟਾਂ ਦੇ ਉੱਪਰ ਗੱਲ ਕਰੀਏ ਇਸ ਤੋਂ ਪਹਿਲਾਂ ਜਿਹੜੇ ਆਪਾਂ ਕੁਐਸਚਨ ਕੀਤੇ ਉਹਦੇ ਵਿੱਚ ਕੀ ਕਰ ਰਹੇ ਸੀ ਕਿਸੇ ਵੱਲ ਇਸ਼ਾਰਾ ਕਰ ਰਹੇ ਸੀ ਤੇ ਇਹ ਹੁਣ ਆ ਗਈ ਨਈ ਰਿਸ਼ਤੇਦਾਰੀ ਹਾਂਜੀ ਇਹ ਉਹ ਰਿਸ਼ਤੇਦਾਰ ਨੇ ਜਿਹੜੇ ਪੁਆਇੰਟਾਂ ਤੇ ਗੱਲ ਕਰਦੇ ਨੇ ਹਨਾ ਇਹ ਉਹ ਵਾਲੇ ਰਿਸ਼ਤੇਦਾਰ ਨੇ ਜਿਹੜੇ ਕਿਸਤੇ ਕਰਦੇ ਨੇ ਪੁਆਇੰਟਾਂ ਦੇ ਇੱਕ ਤਾਂ ਇਸ਼ਾਰਾ ਕਰਕੇ ਗੱਲ ਕਰਦੇ ਨੇ ਇਹ ਸਾਡਾ ਭਾਣਜਾ ਹੈ ਜੀ ਇਹ ਸਾਡਾ ਭਰਾ ਦਾ ਮੁੰਡਾ ਹੈ ਜੀ ਇਹ ਸਾਡਾ ਭਤੀਜਾ ਹੈ ਜੀ ਇਹ ਸਾਡਾ ਰਿਸ਼ਤੇਦਾਰੀ ਚ ਅੱਗੇ ਕੁਝ ਲੱਗਦਾ ਜੀ ਹਨਾ ਇਸ ਟਾਈਪ ਦੇ ਅੰਦਰ ਗੱਲਾਂ ਕਰਦੇ ਨੇ ਜਿਹੜੇ ਉਂਗਲ ਕਰਕੇ ਕਰਦੇ ਨੇ ਇਹ ਵਾਲੇ ਕਿਹੜੇ ਆ ਇਹ ਵਾਲੇ ਪੁਆਇੰਟ ਦੇ ਉੱਪਰ ਗੱਲ ਕਰਨੀ ਆ ਇਹ ਜਮਾਂ ਪੁਆਇੰਟ ਦੇ ਉੱਪਰ ਮਾਰਦੇ ਨੇ ਚੱਕ ਕੇ ਚਲੋ ਜੀ ਕਰੀਏ ਨਾ ਕੁਸ਼ਨ ਨੂੰ ਚਲੋ ਸਟਾਰਟ ਕਰਦੇ ਆ ਕੀ ਕਹਿ ਰਿਹਾ ਦੇਖੋ ਕਹਿੰਦਾ T इज द son of P ਹਾਂਜੀ T ਜਿਹੜਾ ਹੈ ਉਹ P ਦਾ ਕੀ ਹੈ ਉਹ P ਦਾ son ਹੈ T ਜਿਹੜਾ ਹੈ ਉਹ P ਦਾ ਕੀ ਹੈ son ਹੈ ਕਹਿੰਦਾ ਜੀ T इज द son of P ਤਾਂ T ਦਾ ਤਾਂ ਆਪਾਂ ਨੂੰ ਕਨਫਰਮ ਆ टीजा कन्फर्म है मेल है पी कन्फर्म नहीं है ओंदे मदर भी हो सकता है या फिर ओंदा फादर भी हो सकता है ठीक है जी ਉਸ ਤੋਂ ਬਾਅਦ ਨੈਕਸਟ ਕੀ ਕਹਿ ਰਿਹਾ ਨੈਕਸਟ ਕੀ ਕਹਿ ਰਿਹਾ ਕਹਿੰਦਾ ਕਯੂ इज द ਗ੍ਰੈਂਡ ਡਾਟਰ ਆਫ ਉਹ ਹੂ ਹੂ ਵਰਡ ਯੂਜ਼ ਹੋ ਗਿਆ ਤਾਂ ਹੂ ਕਿੰਦੇ ਵਾਸਤੇ ਯੂਜ਼ ਹੁੰਦਾ ਜੀ ਸੈਕਿੰਡ ਵਾਸਤੇ ਕਹਿੰਦਾ ਹੂ इज द ਹਸਬੰਡ ਆਫ ਪੀ ਇੱਥੇ ਦੇਖੋ ਕੀ ਕਹਿ ਰਿਹਾ ਕਹਿੰਦਾ ਕਯੂ ਉਹਦੀ ਗ੍ਰੈਂਡ ਡਾਟਰ ਹੈ ਜੋ ਪੀ ਦਾ ਕੀ ਹੈ ਪਤੀ ਹੈ ਜੋ ਕਿੰਦੇ ਵਾਸਤੇ ਯੂਜ਼ ਹੁੰਦਾ ਹੈ ਜੀ ਜੋ ਹੁੰਦਾ ਹੈ ਹਮੇਸ਼ਾ ਬਾਦ ਵਾਲੇ ਵਾਸਤੇ ਯੂਜ਼ਤ ਬਾਦ ਵਿੱਚ ਕੋਣ ਹੈ ਉਹ ਕਹਿੰਦਾ ਜੀ ਜੋ ਪੀ ਦਾ ਕੀ ਹੈ ਪਤੀ ਹੈ ਕੋਣ ਪਤੀ ਹੈ ਜੀ ਉਹ ਜੋ ਪੀ ਦਾ ਪਤੀ ਹੈ ਪੀ ਆ ਰਿਹਾ ਇਸ ਦਾ ਪਤੀ ਹੈ ਕੋਣ ਹੈ ਉਹ ਤਾਂ ਇਸ ਤੋਂ ਬਾਅਦ ਜਿਹੜਾ ਯੂਜ਼ ਹੋਇਆ ਉਹ ਕਿੰਦੇ ਵਾਸਤੇ ਹੋਇਆ ਸੈਕਿੰਡ ਵਾਸਤੇ ਇਟ ਮੀਨਸ ਪੀ ਇੱਥੇ ਕੀ ਹੋਗੀ ਮਦਰ ਟੀ ਦੀ ਪੀ ਕੀ ਹੋਗੀ ਮਦਰ ਫਾਦਰ ਕੋਣ ਹੋ ਗਿਆ ਉਹ ਹੁਣ ਉਹ ਕੀ ਕਹਿ ਰਿਹਾ ਕਹਿੰਦਾ ਜੀ ਟੀ ਪੀ ਦਾ ਪੁੱਤਰ ਹੈ ਕਯੂ ਉਹ ਦੀ ਗ੍ਰੈਂਡ ਡਾਟਰ ਹੈ ਕਯੂ ਜਿਹੜੀ ਹੈ ਉਹ ਉਹ ਦੀ ਕੀ ਹੈ ਗ੍ਰੈਂਡ ਡਾਟਰ ਹੈ ਲੋ ਜੀ ਜੋ ਉਹ ਦੀ ਕੀ ਹੈ ਗ੍ਰੈਂਡ ਡਾਟਰ ਮੀਨਸ ਆ ਕੀ ਹੈ ਫੀਮੇਲ ਹੈ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਜੀ ਹਾਂਜੀ ਉਹ ਟੀ ਦੀ ਕੁੜੀ ਵੀ ਹੋ ਸਕਦੀ ਹੈ ਜਾਂ ਹੋਰ ਕਿਸੇ ਦੀ ਵੀ ਹੋ ਸਕਦੀ ਹੈ ਇਹਨੇ ਇੱਥੇ ਦਿੱਤਾ ਜੀ ਗ੍ਰੈਂਡ ਡਾਟਰ ਆ ਲਓ ਜੀ ਕੀ ਦਿੱਤਾ ਗ੍ਰੈਂਡ ਡਾਟਰ ਠੀਕ ਹੈ ਜੀ ਅੱਗੇ ਕੀ ਕਹਿ ਰਿਹਾ ਕਹਿੰਦਾ ਜੀ ਜੋ ਪੀ ਦਾ ਕੀ ਹੈ ਪਤੀ ਹੈ ਟੀ ਦਾ ਉਹ ਨਾਲ ਕੀ ਸੰਬੰਧ ਹੈ ਕਹਿੰਦਾ ਜੀ ਜਿਹੜਾ ਟੀ ਹੈ T ਦਾ O ਨਾਲ ਕੀ ਸੰਬੰਧ ਹੈ T ਦਾ O ਨਾਲ ਕੀ ਸੰਬੰਧ ਹੈ ਤਾਂ ਇੱਥੇ ਇਹ ਦੇਖੋ ਇਹਦੀ ਮਦਰ ਸੀ ਇਹ ਉਹਨਾਂ ਦੇ ਹਸਬੈਂਡ ਨੇ ਤਾਂ ਇਟ ਮੀਨਸ ਇਹੰਦਾ ਕੀ ਹੋ ਗਿਆ T ਕੀ ਹੋ ਗਿਆ T ਹੋ ਗਿਆ ਜੀ son ਹਾਂਜੀ T ਕੀ ਹੋ ਗਿਆ T ਹੋ ਗਿਆ ਜੀ son ਤਾਂ ਤੁਹਾਡਾ ਆਨਸਰ ਕੀ ਹੋ ਜਾਏਗਾ A ਹੋ ਜਾਏਗਾ ਹਾਂਜੀ ਕਲੀਅਰ ਸਾਰਿਆਂ ਨੂੰ ਸਾਰਿਆਂ ਨੂੰ ਕਲੀਅਰ ਹੈ ਜੀ ਹਾਂ ਬਿਲਕੁਲ ਕਿਉਂਕਿ ਦੇਖੋ ਇੱਥੇ ਉਹਨੇ ਆਪਾਂ ਨੂੰ ਨਹੀਂ ਦੱਸਿਆ ਕਿ O ਤੇ P ਦਾ ਜਿਹੜੀ ਇੱਕ ਕੋਈ ਬੇਟਾ ਜਾਂ ਬੇਟੀ ਕੋਈ ਹੋਰ ਹੈ ਯਾਨੀ ਉਹਨੇ ਸਿਰਫ ਇਨਾ ਕਿਹਾ ਕਿ ਉਹ ਦੀ ਜਿਹੜੀ ਹੈ ਕਿਉਂਕਿ ਇਹ ਗ੍ਰੈਂਡ ਡਾਟਰ ਹੈ ਇਹ ਤਾਂ ਕਲੀਅਰ ਹੋ ਗਿਆ ਹੋ ਸਕਦਾ ਵੀ ਇਹਨਾਂ ਦੀ ਇੱਕ ਕੋਈ ਕੁੜੀ ਹੋਵੇ ਹੋ ਸਕਦਾ ਇਹਨਾਂ ਦਾ ਕੋਈ ਇੱਕ ਮੁੰਡਾ ਹੋਵੇ ਜਾਂ ਟੀ ਦਾ ਇੱਥੇ ਕੁਝ ਫੈਮਲੀ ਦਿੱਤਾ ਹੁੰਦਾ ਤਾਂ ਆਪਾਂ ਨੂੰ ਪਤਾ ਲੱਗਦਾ ਹੁਣ ਆਪਾਂ ਨੂੰ ਕਲੀਅਰ ਨਹੀਂ ਹੈ ਇਟ ਮੀਨਸ ਕੀ ਹੋ ਗਿਆ ਇਟ ਮੀਨ ਡਾਇਰੈਕਟ ਹੋ ਗਿਆ ਉਹਨੇ ਪੁੱਛਿਆ ਜੀ ਕਿ ਟੀ ਦਾ ਉਹ ਨਾਲ ਕੀ ਸੰਬੰਧ ਹੈ ਤਾਂ ਟੀ ਕੀ ਲੱਗੇਗਾ ਉਹ ਦਾ ਤਾਂ ਆਪਾਂ ਇੱਥੋਂ ਇਸ ਤਰੀਕੇ ਨਾਲ ਦੇਖਿਆ ਤੇ ਕੀ ਲੱਗੇਗਾ ਇਹ ਲੱਗੇਗਾ ਜੀ ਸੰਨ हां जी क्लियर फटाफट सारे जने एक बार थंब प्रेस कर दोगे हां जी सर क्लियर है क्लियर है क्लियर है फिर अपन चलिए जी आगे क्लियर सारेनु वेरी गुड वेरी गुड राजा चलो जी नेक्स्ट क्वेश्चन आ गया जी तोडे स्क्रीन ते हां जी नेक्स्ट क्वेश्चन तोडे स्क्रीन ते आ राजे फटाफट आंसर करो की होएगा क्वेश्चन बहुत बढ़िया है कहता है एक्स एंड वाई आर ब्रदर्स सी इज सिस्टर ऑफ ए ए इज फादर ऑफ एक्स हाउ इज रिलेटेड सी रिलेटेड टू वाई ਸੇਮ ਉਹੀ ਹੈ ਪੁਆਇੰਟ ਟੂ ਪੁਆਇੰਟ ਗੱਲ ਕੀਤੀ ਹੈ ਉਸੇ ਤਰੀਕੇ ਨਾਲ ਆਪਾਂ ਕੀ ਕਰਨਾ ਹੈ ਉਸੇ ਤਰੀਕੇ ਨਾਲ ਇਹਦਾ ਅਨਸਰ ਦੇਣਾ ਆਪਾਂ ਵੀ ਪੁਆਇੰਟ ਟੂ ਪੁਆਇੰਟ ਗੱਲ ਕਰਾਂਗੇ ਗੱਲ ਕੀ ਕਰਾਂਗੇ ਆਪਾਂ ਤਾਂ ਇਹੀ ਗੱਲ ਕਰਾਂਗੇ ਤਿਆਰੀ ਕਰ ਰਹੇ ਹਾਂ ਜੀ ਔਰ ਇਸ ਵਾਰ ਪੱਕਾ ਜੋਬ ਲੱਗਣਾ ਹੈ ਤਾਂ ਲੱਗ ਕੇ ਦਿਖਾਵਾਂਗੇ ਠੀਕ ਹੈ ਜੀ ਚਲੋ ਫਟਾਫੜ ਦੱਸੋ ਕੀ ਹੋਏਗਾ ਅਨਸਰ ਹਾਂਜੀ ਬਿਲਕੁਲ 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 ਚਲੋ ਹਾਂਜੀ ਕੀ ਅਨਸਰ ਹੋਏਗਾ ਫਟਾਫਟ ਕਰੋ ਰਾਜੇ ਫਟਾਫਟ ਆਨਸਰ ਕਰੋ ਤੇ ਆਨਸਰ ਸਾਰੇ ਜਿਹਨੇ ਕਰਨਗੇ ਚਾਹੇ ਕੋਈ ਗਲਤ ਕਰੇ ਜਾਂ ਸਹੀ ਕਰੇ ਲੇਕਿਨ ਆਨਸਰ ਆਣਾ ਚਾਹੀਦਾ ਓਕੇ 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 ਅਲੱਗ-ਅਲੱਗ ਆਪਸ਼ਨ ਦੇ ਨਾਲ ਜਾ ਰਹੇ ਨੇ ਕੁਝ ਕਹਿ ਰਹੇ ਨੇ ਜੀ ਸੀ ਹੈ ਕੁਝ ਕਹਿ ਰਹੇ ਨੇ ਜੀ ਇਹ ਹੈ ਓਕੇ ਡੀ ਵਾਲੇ ਵੀ ਨੇ ਇੱਕ ਦੋ ਦੇਨੇ ਚਲੋ ਚੈੱਕ ਕਰਦੇ ਹਾਂ ਜੀ ਦੇਖੋ ਕੀ ਕਹਿ ਰਿਹਾ ਕਹਿੰਦਾ ਐਕਸ ਐਂਡ ਵਾਈ ਆਰ ਬ੍ਰਦਰਸ ਐਕਸ ਤੇ ਵਾਈ ਆਪਸ ਦੇ ਅੰਦਰ ਕੀ ਹੈ ਜੀ ਬ੍ਰਦਰ ਹਨੇ x ਐਂਡ y ਆਰ ਕੀਨੇ ਬ੍ਰਦਰਸ ਦੋਨੋਂ ਦੇ ਦੋਨੋਂ ਕੀਨੇ ਭਰਾ ਨੇ ਇੱਕ ਦੂਜੇ ਦੇ ਆ ਲੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਹਿ ਰਿਹਾ ਕਹਿੰਦਾ c ਇਜ਼ ਸਿਸਟਰ ਆਫ a ਆਪਾਂ ਨੂੰ ਨਹੀਂ ਪਤਾ a ਕੌਣ ਹੈ ਕਹਿੰਦਾ a ਇਜ਼ ਫਾਦਰ ਆਫ x ਅਗਰ a ਜਿਹੜਾ ਹੈ ਇਹ ਫਾਦਰ ਹੋਊਗਾ x ਦਾ ਤਾਂ y ਦਾ ਵੀ ਕੀ ਹੋਏਗਾ y ਦਾ ਵੀ ਤਾਂ ਫਾਦਰ ਹੋਏਗਾ y ਦਾ ਵੀ ਕੀ ਹੋਏਗਾ y ਦਾ ਵੀ ਫਾਦਰ ਹੋਏਗਾ ਠੀਕ ਹੈ ਜੀ ਫਿਰ ਉਹਨੇ ਕਹਤਾ ਜੀ c ਇਸ ਸਿਸਟਰ ਆਫ a ਜਿਹੜੀ c ਐ a ਕੀ ਐ ਇਹ ਸਿਸਟਰ ਹੈ ਜੀ ਕਿੰਦੀ a ਦੀ ਠੀਕ ਹੈ ਜੀ ਤਾਂ ਇਹਨਾਂ ਦੋਵਾਂ ਦੀ ਕੀ ਲੱਗੀ ਆਪਣੇ ਫਾਦਰ ਸਾਹਿਬ ਦੀ ਸਿਸਟਰ ਆਪਣੀ ਕੀ ਲੱਗੂਗੀ ਅੰਟ ਲੱਗੂਗੀ ਪੂਆ ਲੱਗੂਗੀ ਠੀਕ ਹੈ ਜੀ ਅੱਗੇ ਕੀ ਕਹਿ ਰਿਹਾ ਕਹਿੰਦਾ a x ਦਾ ਪਿਤਾ ਹੈ ਠੀਕ ਹੈ ਜੀ ਫਿਰ ਕਹਿੰਦਾ c ਦਾ y ਨਾਲ ਕੀ ਸੰਬੰਧ ਹੈ ਹਾਂਜੀ c ਦਾ y ਨਾਲ ਤਾਂ c ਜਿਹੜੀ ਐ ਇਸ ਦੇ ਨਾਲ ਦਾ ਲੱਗਿਆ ਇਹ y ਦਾ ਕੀ ਲੱਗੇਗਾ ਇਹ y ਦਾ ਕੀ ਲੱਗੇਗਾ ਤਾਂ ਇਹ y ਦਾ ਕੀ ਲੱਗੇਗਾ ਸੀ ਇਹ ਲੱਗੇਗੀ ਜੀ ਪੂਆ ਪੂਆ ਨੂੰ ਆਪਾਂ ਕੀ ਕਹਿੰਦੇ ਆ ਪੂਆ ਨੂੰ ਕਹਿੰਦੇ ਆ ਜੀ ਆਂਟ ਹਾਂਜੀ ਕੀ ਆਨਸਰ ਆਏਗਾ ਆਂਟ ਬੀ ਆਪਸ਼ਨ ਹਾਂਜੀ ਕੀ ਆਏਗਾ ਆਂਟ ਤਾਂ ਇੱਥੇ ਦੇਖੋ ਉਹਨੇ ਆਪਣੇ ਤੋਂ ਜੋ ਚੀਜ਼ ਪੁੱਛੀ ਹੈ ਉਹਦਾ ਦੱਸਣਾ ਹੈ ਸੀ ਦਾ ਵਾਈ ਨਾਲ ਜਾਂ ਉੱਥੇ ਉਹ ਕੀ ਕਰਿਆ ਹਾਊ ਵੇਜ ਸੀ ਉਹ ਇਹ ਵਾਲਾ ਜਿਹੜਾ ਵਰਡ ਜਿਸ ਦੇ ਨਾਲ ਲੱਗਿਆ ਹੋਊਗਾ ਉਹ ਚੈੱਕ ਕਰਨਾ ਹੈ ਕਿ ਇਹਦਾ ਕੀ ਲੱਗੇਗਾ ਹੁਣ ਕਈ ਬੱਚੇ ਇੱਥੇ ਨੇਫਿਊ 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 ਲਿਖ ਦੇਸੀ ਨੇਫਿਊ ਨਹੀਂ ਆਏਗਾ ਹਾਂ ਬਿਲਕੁਲ ਵਾਈ ਇਸ ਦਾ ਕੀ ਲੱਗੇਗਾ ਨੇਫਿਊ ਲੱਗੇਗਾ ਭਾਣਜਾ ਲੱਗੇਗਾ ਹੈਨਾ ਯਪੂਆ ਨਹੀਂ ਪੂਆ ਪਤੀਜਾ ਪਤੀਜਾ ਲੱਗੇਗਾ ਰਾਈਟ ਤਾਂ ਇਹ ਕੀ ਹੋਗੀ ਇਹ ਇਸ ਦੀ ਅੰਟ ਹੋਗੀ ਪੂਆ ਹੋਗੀ ਹਾਂਜੀ ਕਲੀਅਰ ਹੈ ਸਾਰਿਆਂ ਨੂੰ ਅਗਰ ਕਲੀਅਰ ਹੈ ਰਾਜੇ ਫਟਾਫਟ ਇੱਕ ਵਾਰ ਥੰਮ ਪ੍ਰੈਸ ਕਰ ਦੋਗੇ ਹਾਂਜੀ ਸਰ ਕਲੀਅਰ ਹੈ ਉਸ ਤੋਂ ਬਾਅਦ ਆਪਾਂ ਚੱਲੀਏ ਜੀ ਅਗਲੇ ਕੁਐਸਚਨ ਤੇ ਹਾਂਜੀ ਓਕੇ ਓਕੇ ਚਲੋ ਜੀ ਅਗਲਾ ਕੁਐਸਚਨ ਤੁਹਾਡੇ ਸਕਰੀਨ ਤੇ ਆ ਚੁੱਕੇ ਹਨ ਲੋ ਜੀ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਆ ਰਜੇ ਨੈਕਸਟ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਫਟਾਫਟ ਕਰੋ ਇਸ ਦਾ ਅਨਸਰ ਕੀ ਹੋਏਗਾ ਸੇਮ ਉਹੀ ਹੈ ਰਿਸ਼ਤੇਦਾਰੀ ਵਾਲਾ ਕੁਐਸਚਨ ਹੈ ਜੀ ਇਸ ਵਾਰ ਉਹਨੇ ਨਾਮ ਦੱਸਤੇ ਤੇ ਆਪਾਂ ਨਾਮ ਤੋਂ ਕੁਝ ਵੀ ਨਹੀਂ ਲੈਣਾ ਉਹ ਕਹਿੰਦੇ ਨੇ ਨਾ ਵੀ ਤੂੰ ਨਾਂ ਪੁੱਛ ਕੇ ਟਿੰਡੇ ਲੈਣੇ ਆ ਸੇਮ ਉਹੀ ਗੱਲ ਹੈ ਵੀ ਆਪਾਂ ਇੱਥੇ ਨਾਂ ਦੇ ਅਕੋਰਡਿੰਗ ਕੀ ਹੈ ਕੋਈ ਵੀ ਅਨਸਰ ਨਹੀਂ ਕਰਾਂਗੇ ਕਿਸੇ ਵੀ ਤਰੀਕੇ ਨਾਲ ਕੋਈ ਅਨਸਰ ਨਾਂ ਦੇ ਅਕੋਰਡਿੰਗ ਨਹੀਂ ਕਰਾਂਗੇ ਅਗਰ ਅਰुण ਹੈ ਤਾਂ ਉਹ ਹੋ ਸਕਦਾ ਅਰुण ਰਾਣੀ ਹੋਵੇ ਹੋ ਸਕਦਾ ਜੀ ਅਰुण ਕੁਮਾਰ ਹੋਵੇ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਅੰਦਰ ਕੋਈ ਵੀ ਨਾਮ ਹੈ ਜਿਹੜਾ ਉਹ ਅੱਜ ਕੱਲ ਐਵੇਂ ਨਹੀਂ ਰਿਹਾ ਕਿ ਇਹ ਮੁੰਡੇ ਦਾ ਨਾਮ ਹੈ ਇਹ ਕੁੜੀ ਦਾ ਨਾਮ ਹੈ ਕੋਈ ਵੀ ਇਹ ਜਾ ਨਾਮ ਨਹੀਂ ਰਿਹਾ ਬਸ ਸੇਮ ਨਾਮ ਹੁੰਦੇ ਨੇ ਕੋਈ ਕੁਛ ਲਗਾ ਦਿੰਦਾ ਜੀ ਕੋਈ ਕੁਛ ਲਾ ਦਿੰਦਾ ਤਾਂ ਫਟਾਫਟ ਦੱਸੋ ਕੀ ਹੋਏਗਾ ਅਨਸਰ ਹਾਂਜੀ ਕੀ ਹੋਏਗਾ ਆਨਸਰ ਦੱਸੋ ਕੀ ਕਹਿੰਦਾ ਹੈ ਕਹਿੰਦਾ ਜੀ ਅਰुण ਗੋਵਿੰਦ ਦੇ ਪਿਤਾ ਹਨ ਹਾਂਜੀ ਅਰुण ਜਿਹੜੇ ਨੇ ਉਹ ਗੋਵਿੰਦ ਦੇ ਕੀ ਹਨ ਪਿਤਾ ਹਨ ਅਰुण इज द ਫਾਦਰ ਆਫ ਰੋਹਿਤ ਸੌਰੀ ਰੋਹਿਤ ਦੇ ਹੈਨਾ ਅਰुण इज द ਫਾਦਰ ਆਫ ਰੋਹਿਤ ਰੋਹਿਤ इज द ਬ੍ਰਦਰ ਆਫ ਕਾਲਾ ਕਾਲਾ इज द ਵਾਈਫ ਆਫ ਸੁਰਿੰਦਰ ਸੁਰਿੰਦਰ ਹਾਉ इज ਸੁਰਿੰਦਰ ਰਿਲੇਟਡ ਟੂ ਰੋਹਿਤ ਹਾਂਜੀ ਫਟਾਫਟ ਦੱਸੋ ਕੀ ਹੋਏਗਾ ਆਨਸਰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਾਫੀ ਜਣੇ ਅਨਸਰ ਕਰ ਰਹੇ ਨੇ ਔਰ ਸਹੀ ਅਨਸਰ ਵੀ ਕਰ ਰਹੇ ਨੇ ਮੇਬੀ ਚਲੋ ਚੈੱਕ ਕਰਦੇ ਆਂ ਜੀ ਆਜੋ ਕੀ ਕਹਿੰਦਾ ਕਹਿੰਦਾ ਜੀ ਅਰुण इज द ਫਾਦਰ ਆਫ ਰੋਹਿਤ ਤਾਂ ਸਭ ਤੋਂ ਪਹਿਲਾ ਅਰुण ਨੂੰ ਹੋਨੇ ਕੀ ਦੱਸਿਆ ਕਹਿੰਦਾ ਜੀ ਜਿਹੜਾ ਅਰुण ਹੈ ਹਾਂਜੀ ਕੌਣ ਹੈ ਅਰुण ਇਹ ਕੀ ਹੈ ਜੀ ਫਾਦਰ ਹੈ ਜੀ ਕਿਸ ਦਾ ਹੈ ਰੋਹਿਤ ਦਾ ਚੱਲੋ ਜੀ ਆਪਾਂ ਇਹ ਤੇ ਲਿਖਤਾ ਜੀ ਰੋਹਿਤ ਹੁਣ ਰੋਹਿਤ ਦਾ ਆਪਾਂ ਨੂੰ ਨਹੀਂ ਪਤਾ ਕੀ ਹੈ ਚਲੋ ਜੀ ਠੀਕ ਹੈ ਫਿਰ ਕੀ ਕਹਿੰਦਾ ਰੋਹਿਤ इज द ਬ੍ਰਦਰ ਆਫ ਕਾਲਾ ਹੁਣ ਇੱਥੋਂ ਕਲੀਅਰ ਹੋ ਗਿਆ ਜਿਹੜਾ ਰੋਹਿਤ ਹੈ ਇਹ ਬ੍ਰਦਰ ਹੈ ਜੀ ਕਿਸ ਦਾ ਕਾਲਾ ਦਾ ਹੁਣ ਆਪਾਂ ਨੂੰ ਕਾਲਾ ਦਾ ਨਹੀਂ ਪਤਾ ਇਹ ਤਾਂ ਕਨਫਰਮ ਹੋ ਗਿਆ ਰੋਹਿਤ ਕੀ ਹੈ ਜੀ ਬ੍ਰਦਰ ਹੈ ਰੋਹਿਤ इज द ਬ੍ਰਦਰ ਆਫ ਕਾਲਾ ਇਹ ਤਾਂ ਬ੍ਰਦਰ ਹੋ ਗਿਆ ਲੇਕਿਨ ਕਾਲਾ ਦਾ ਆਪਾਂ ਨੂੰ ਨਹੀਂ ਪਤਾ ਆਹ ਲੋ ਜੀ ਠੀਕ ਹੈ ਜੀ ਫਿਰ ਕੀ ਕਹਿ ਰਿਹਾ ਕਹਿੰਦਾ ਜੀ ਕਾਲਾ इज द ਵਾਈਫ ਆਫ ਸੁਰਿੰਦਰ ਹਾਂਜੀ ਕਾਲਾ ਜਿਹੜਾ ਹੈ ਇਹ ਹੁਣ ਕਾਲੀ ਹੋ ਜੇਗੀ ਹਨਾ ਕਾਲਾ ਇਜ਼ ਦਾ ਵਾਈਫ ਆਫ ਕਿੰਦੀ ਹੈ ਜੀ ਸੁਰਿੰਦਰ ਤਾਂ ਸੁਰਿੰਦਰ ਕਨਫਰਮ ਹੈ ਕੀ ਹੋਏਗਾ ਮੇਲ ਹੋਏਗਾ ਕਿਉਂਕਿ ਇਹਦੀ ਵਾਈਫ ਹੈ ਇਹ ਅਗਰ ਵਾਈਫ ਹੈ ਇੱਕ ਹੀ ਹੋ ਗਿਆ ਹਸਬੰਡ ਹੋ ਗਿਆ ਠੀਕ ਹੈ ਜੀ ਉਹ ਕੀ ਕਹਿੰਦਾ ਹਾਊ ਇਜ਼ ਸੁਰਿੰਦਰ ਰਿਲੇਟਡ ਟੂ ਰੋਹਿਤ ਦੇਖੋ ਜੀ ਰੋਹਿਤ ਦੀ ਭੈਣ ਤੇ ਉਹਦੇ ਅੱਗੇ ਕੀ ਹੈ ਹਸਬੰਡ ਤਾਂ ਇਹ ਰੋਹਿਤ ਦੇ ਕੀ ਲੱਗਣਗੇ ਹਾਂਜੀ ਇਹ ਰੋਹਿਤ ਦੇ ਇਹ ਆਪਸ ਚ ਇੱਕ ਦੂਜੇ ਦੇ ਕੀ ਲੱਗਣਗੇ ਇਹ ਲੱਗਣਗੇ ਜੀ ਬ੍ਰਦਰ ਇਨ ਲਾ ਕੀ ਲੱਗਣਗੇ ਬ੍ਰਦਰ ਇਨ ਲਾ ਕੀ ਲੱਗਣਗੇ ਬ੍ਰਦਰ ਇਨ ਲੋ ਤਾਂ ਇੱਥੇ ਉਹ ਆਪਣੇ ਤੋਂ ਕੀ ਪੁੱਛ ਰਿਹਾ ਦੇਖੋ ਕਹਿੰਦਾ ਜੀ सुरेंद्र ਦਾ गोविंद ਨਾਲ ਕੀ ਸੰਬੰਧ ਹੈ सुरेंद्र ਦਾ गोविंद ਨਾਲ ਕੀ ਸੰਬੰਧ ਹੈ ਤਾਂ सुरेंद्र ਉਹਦਾ ਕੀ ਲੱਗੇਗਾ ਜੀਜਾ ਲੱਗੇਗਾ ਹਾਂਜੀ ਜੀਜੇ ਸਾਲੇ ਦਾ ਰਿਸ਼ਤਾ ਹੈ ਜੀਜਾ ਲੱਗੇਗਾ ਦੈਨ ਬ੍ਰਦਰ ਇਨ ਲੋ ਤਾਂ ਆਪਣਾ ਆਪਸ਼ਨ ਕੀ ਰਾਈਟ ਹੋ ਜਾਏਗਾ ਆਪਸ਼ਨ ਹੋ ਜਾਏਗਾ ਜੀ ਏ ਵੈਰੀ ਗੁੱਡ ਜਿਨ੍ਹਾਂ ਨੇ ਏ ਆਨਸਰ ਕੀਤਾ ਉਹਨਾਂ ਸਾਰਿਆਂ ਦਾ ਇਹ ਕੁਐਸਚਨ ਬਿਲਕੁਲ ਸਹੀ ਹੈ ਤੇ ਉਹਨਾਂ ਵਾਸਤੇ ਥੰਬਸ ਆ ਬਣ ਲਈ ਹੈ ਹਾਂਜੀ ਰਾਜੇ ਫਟਾਫਟ ਇੱਕ ਵਾਰ ਸੈਸ਼ਨ ਨੂੰ ਸ਼ੇਅਰ ਕਰੋ राजे ਫਟਾਫਟ ਸੈਸ਼ਨ ਨੂੰ ਸ਼ੇਅਰ ਕਰ ਦੋ ਕਿਉਂਕਿ ਬਹੁਤ ਬੱਚੇ ਆ ਜੇ ਜਿਹਨੇ ਜੋ ਜੁੜਨ ਤੋਂ ਰਹਿ ਗਏ ਨੇ ਤੇ ਅੱਜ ਰਿਕਾਰਡ ਬਣਾ ਦੋ ਕਿਉਂਕਿ ਅੱਜ ਕੀ ਹੈ ਅੱਜ ਹੈ ਜੀ ਟੀਚਰਸ ਡੇ ਅੱਜ ਕੀ ਹੈ ਅੱਜ ਮੇਰਾ ਦਿਨ ਹੈ ਹਨਾ ਅੱਜ ਕੀ ਹੈ ਅੱਜ ਮੇਰਾ ਦਿਨ ਹੈ ਟੀਚਰਸ ਦਾ ਡੇ ਹੈ ਤਾਂ ਤੁਸੀਂ ਉਸ ਨੂੰ ਕੁਝ ਸਪੈਸ਼ਲ ਬਣਾਓ ਕੁਝ ਖਾਸ ਬਣਾਓ ਤੇ ਉੱਥੋਂ ਬੈਠੇ ਬੈਠੇ ਕੀ ਕਰੋ ਸੈਸ਼ਨ ਨੂੰ ਦਬਕੇ ਸ਼ੇਅਰ ਕਰ ਦੋ ਹਾਂਜੀ ਸੈਸ਼ਨ ਨੂੰ ਦਬਕੇ ਸ਼ੇਅਰ ਕਰ ਦੋ ਚਲੋ ਜੀ ਅਗਲੇ ਕੁਐਸਚਨ ਦੇ ਚੱਲਦੇ ਹਾਂ राजे ਲੋ ਜੀ ਅਗਲਾ ਕੁਐਸਚਨ ਆ ਚੁੱਕਿਆ ਜੀ ਤੁਹਾਡੇ ਸਕਰੀਨ ਤੇ ਹਾਂਜੀ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਚੁੱਕਿਆ ਹੈ ਤੇ ਫਟਾਫਟ ਦੱਸੋ ਆਨਸਰ ਕੀ ਹੋਏਗਾ ਕੀ ਕਹਿ ਰਿਹਾ ਹੈ ਕਹਿੰਦਾ ਜੀ ਬੀ ਇਜ਼ ਦਾ ਹਸਬੈਂਡ ਆਫ ਪੀ ਕਿਉ ਇਜ਼ ਦਾ ਓਨਲੀ ਗ੍ਰੈਂਡਸਨ ਆਫ ਈ ਓਕੇ ਹੂ ਇਜ਼ ਵਾਈਫ ਆਫ ਡੀ ਐਂਡ ਮਦਰ ਇਨ ਲਾ ਆਫ ਪੀ ਹਾਉ ਇਜ਼ ਬੀ ਰਿਲੇਟਡ ਟੂ ਡੀ ਹਾਂਜੀ ਪੁਆਇੰਟ ਟੂ ਪੁਆਇੰਟ ਗੱਲ ਕਰ ਰਿਹਾ ਹੈ ਰਿਸ਼ਤੇਦਾਰੀ ਦੇ ਅੰਦਰ ਉਲਝਾ ਰਿਹਾ ਹੈ ਲੇਕਿਨ ਆਪਾਂ ਨਹੀਂ ਉਲਝਣਾ ਕਿਉਂ ਕਿਉਂਕਿ ਹੁਣ ਆਪਾਂ ਰਿਸ਼ਤੇਦਾਰੀ ਨੂੰ ਤੰਗ ਕਰਨਾ ਹਟਾ ਦੇਣਾ ਹੈ ਦੋਨੋਂ ਰਿਸ਼ਤੇਦਾਰੀਆਂ ਨੂੰ ਕੋਛਣਾ ਵਾਲੀ ਰਿਸ਼ਤੇਦਾਰੀ ਨੂੰ ਵੀ ਤੇ ਦੂਜੀ ਰਿਸ਼ਤੇਦਾਰੀ ਨੂੰ ਵੀ ਜਿਹੜੇ ਤੰਗ ਕਰਦੇ ਨੇ ਤਾਨਾ ਮਾਰਦੇ ਨੇ ਉਹਨਾਂ ਨੂੰ ਕੀ ਕਰ ਦੇਣਾ ਹੈ ਆਪਾਂ ਇੱਕ ਸਾਈਡ ਲਾ ਦੇਣਾ ਹੈ ਤਾਂ ਫਟਾਫਟ ਫਟਾਫਟ ਇੱਕ ਵਾਰ ਸਾਰੇ ਜਿਹਨੇ ਦੱਸੋ ਇਸ ਦਾ ਆਨਸਰ ਕੀ ਹੋਏਗਾ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਰਾਜੇ ਵੈਰੀ ਗੁੱਡ ਓਕੇ ਚਲੋ ਚੈੱਕ ਕਰਦੇ ਹਾਂ ਜੀ ਚਲੋ ਚੈੱਕ ਕਰਦੇ ਹਾਂ ਜੀ ਕੀ ਆਨਸਰ ਆਏਗਾ ਅਲੱਗ ਅਲੱਗ ਆਨਸਰ ਵੀ ਆ ਰਹੇ ਨੇ ਨਨ ਆਫ ਦੀ ਜੇ ਨਾਲ ਕਾਫੀ ਜਣੇ ਵੀ ਜਾ ਰਹੇ ਨੇ ਚਲੋ ਜੀ ਕਹਿੰਦਾ ਜੀ ਬੀ ਇਜ਼ ਦਾ ਹਸਬੰਡ ਆਫ ਪੀ ਹਾਂਜੀ ਬੀ ਜਿਹੜਾ ਹੈ ਇਹ ਹਸਬੰਡ ਹੈ ਜੀ ਪੀ ਦਾ ਤਾਂ ਪੀ ਕੀ ਹੋਗੀ ਵਾਈਫ ਹੋਗੀ ਮਤਲਬ ਫੀਮੇਲ ਹੋਗੀ ਠੀਕ ਹੈ ਜੀ ਬੀ ਇਜ਼ ਦਾ ਹਸਬੰਡ ਆਫ ਪੀ ਕਹਿੰਦਾ ਕਿਉਂ ਇਜ਼ ਦਾ ਓਨਲੀ ਗ੍ਰੈਂਡ ਸਨ ਆਫ ਈ ਹੁਣ ਦੇਖੋ ਨਾ ਤਾਂ ਆਪਣੇ ਕੋਲ ਈ ਹੈ ਤੇ ਨਾ ਹੀ ਕੀ ਹੈ ਕਿਉਂ ਹੈ ਛੱਡ ਦਿਓ ਇੱਕ ਵਾਰ ਕਹਿੰਦਾ ਹੂ ਹੂ ਕਿੰਦੇ ਵਾਸਤੇ ਆਂਦਾ ਹੈ ਬਾਦ ਵਾਲੇ ਵਾਸਤੇ ਕਿੰਦੇ ਵਾਸਤੇ ਆਂਦਾ ਹੈ ਬਾਦ ਵਾਲੇ ਵਾਸਤੇ ਕਹਿੰਦਾ ਜੀ ਕਿਉ ਈ ਦਾ ਇਕਲੋਤਾ ਗ੍ਰੈਂਡਸਨ ਹੈ ਜੋ ਡੀ ਦੀ ਪਤਨੀ ਡੀ ਦੀ ਪਤਨੀ ਹੈ ਜੋ ਜੋ ਮਤਲਬ ਕੀ ਹੈ ਜੋ ਡੀ ਦੀ ਪਤਨੀ ਹੈ ਕੌਣ ਈ ਈ ਕੀ ਹੈ ਡੀ ਦੀ ਪਤਨੀ ਹੈ ਦੇਖੋ ਇੱਥੇ ਕੀਵਰਡ ਲੱਗਿਆ ਜੋ ਹੂ ਵਰਡ ਲੱਗਿਆ ਉਹ ਕਿੰਦੇ ਵਾਸਤੇ ਆਂਦਾ ਹੈ ਬਾਦ ਵਾਲੇ ਵਾਸਤੇ ਬਾਅਦ ਚ ਕੌਣ ਆਇਆ ਜੀ ਈ ਆ ਲਓ ਜੀ ਈ ਜੋ ਡੀ ਦੀ ਕੀ ਹੈ ਪਤਨੀ ਹੈ ਤਾਂ E ਕੀ ਹੋਗੀ ਵਾਈਫ ਹੋਗੀ ਕਿੰਦੀ ਹੋਗੀ ਡੀ ਦੀ ਹੋਗੀ ਆ ਲੋ ਜੀ ਤਾਂ D ਕੀ ਹੋ ਗਿਆ ਹਸਬੈਂਡ ਹੋ ਗਿਆ ਉਹਨੇ ਉਸ ਤੋਂ ਬਾਅਦ ਕੀ ਕਹਿੰਦਾ Q E ਦਾ ਇਕਲੋਤਾ ਗ੍ਰੈਂਡਸਨ ਹੈ ਮਤਲਬ E ਦਾ ਇਕਲੋਤਾ ਗ੍ਰੈਂਡਸਨ ਹੈ Q ਤਾਂ Q ਆਏਗਾ ਜੀ ਇੱਥੇ ਔਰ ਕੀ ਹੈ ਗ੍ਰੈਂਡਸਨ ਹੈ ਤਾਂ ਇੱਕ ਹੀ ਹੈ ਲੜਕਾ ਹੈ ਠੀਕ ਹੈ ਜੀ ਫਿਰ ਕਹਿੰਦਾ ਜੋ D ਦੀ ਪਤਨੀ ਹੈ ਜੋ D ਦੀ ਪਤਨੀ ਹੈ ਤਾਂ ਕੌਣ ਪਤਨੀ ਹੈ E ਕਹਿੰਦਾ ਅਤੇ P ਦੀ ਸੱਸ ਹੈ ਅਤੇ P ਦੀ ਕੀ ਹੈ ਸੱਸ ਹੈ ਕੌਣ ਕੌਣ ਹੋਏਗੀ ਸਸ ਈ ਉਹ ਕਹਿ ਰਿਹਾ ਈ ਜਿਹੜੀ ਹੈ ਅਗਰ ਦੇਖੋ ਆਪਾਂ ਜੋ ਦੀ ਥਾਂ ਤੇ ਈ ਨੂੰ ਰੱਖ ਦਿੰਨੇ ਆ ਤਾਂ ਹੁਣ ਕੁਐਸਚਨ ਕੀ ਬਣ ਗਿਆ ਈ ਡੀ ਦੀ ਤਾਂ ਪਤਨੀ ਹੈ ਅਤੇ ਪੀ ਦੀ ਕੀ ਹੈ ਸੱਸ ਹੈ ਪੀ ਦੀ ਕੀ ਹੈ ਸੱਸ ਹੈ ਇਟ ਮੀਨਸ ਕੀ ਹੋ ਗਿਆ ਏ ਇਹਨਾਂ ਦਾ ਕੀ ਹੋ ਗਿਆ ਏ ਸਨ ਹੋ ਗਿਆ ਈ ਤੇ ਡੀ ਦਾ ਇੱਕ ਸਨ ਹੋ ਗਿਆ ਜੀ ਬੀ ਏ ਅਗਰ ਸੱਸ ਹੈ ਮਤਲਬ ਕਿ ਇਹ ਮਦਰ ਇਨ ਲੋ ਹੈ ਕੀ ਹੈ ਮਦਰ ਇਨ ਲੋ ਤਾਂ ਇਟ ਮੀਨਸ ਕੀ ਹੈ ਆ ਮਦਰ ਇਨ ਲੋ ਹੈ ਤਾਂ ਆ ਕੀ ਹੋ ਗਈ ਏ ਹੋ ਗਈ ਜੀ ਹੁੰਦੀ ਡਾਟਰ ਇਨ ਲੋ ਨੂਰਾਣੀ ਹੋ ਗਈ ਠੀਕ ਹੈ ਜੀ ਔਰ ਇਹਨਾਂ ਦਾ ਬੀ ਦਾ ਹੀ ਬੇਟਾ ਕੋਣ ਹੋ ਗਿਆ ਕਿਉਂ ਹੋ ਗਿਆ ਤਾਂ ਉਹ ਕੀ ਕਹਿੰਦਾ ਬੀ ਦਾ ਡੀ ਨਾਲ ਕੀ ਸੰਬੰਧ ਹੈ ਬੀ ਦਾ ਹਾਂਜੀ ਬੀ ਜਿਹੜਾ ਹੈ ਆ ਰਿਹਾ ਜੀ ਕਹਿੰਦਾ ਡੀ ਨਾਲ ਕੀ ਸੰਬੰਧ ਹੈ ਡੀ ਦੇ ਨਾਲ ਕੀ ਸੰਬੰਧ ਹੈ ਤਾਂ ਡੀ ਦਾ ਕੀ ਹੋ ਜਾਏਗਾ ਇਹ ਇਹਦੇ ਫਾਦਰ ਸਾਹਿਬ ਮਦਰ ਨੇ ਇੱਕ ਹੀ ਨੇ ਫਾਦਰ ਸਾਹਿਬ ਨੇ ਤਾਂ ਡੀ ਇਹਦਾ ਕੀ ਲੱਗੇਗਾ ਬੀ ਦਾ ਬੀ ਲੱਗੇਗਾ ਜੀ son ਤਾਂ ਆਪਣਾ ਆਨਸਰ ਕੀ ਹੋ ਜਾਏਗਾ ਆਪਣਾ ਆਨਸਰ ਹੋ ਜਾਏਗਾ ਜੀ C हां जी आंसर की ਹੋਏਗਾ आंसर ਹੋਏਗਾ ਜੀ ਸੀ ਤਾਂ ਦੇਖੋ ਕਿੰਨਾ ਜ਼ਬਰਦਸ ਕੁਐਸਚਨ ਸੀ ਕਿਸ ਤਰੀਕੇ ਨਾਲ ਰਿਸ਼ਤੇਦਾਰੀ ਨੂੰ ਉਲਝਾਇਆ ਲੇਕਿਨ ਆਪਾਂ ਕੀ ਕਰਨਾ ਹੈ ਆਪਾਂ ਹੁਣ ਰਿਸ਼ਤੇਦਾਰੀ ਨੂੰ ਤੰਗ ਕਰਨਾ ਹਟਾ ਦੇਣਾ ਹੈ ਤਾਂ ਇਸ ਕੁਐਸਚਨ ਦਾ ਆਨਸਰ ਹੋਏਗਾ ਜੀ ਸੀ ਸੀ ਇਸ ਦਾ ਰਾਈਟ ਆਨਸਰ ਹਾਂ ਜੀ ਕਲੀਅਰ ਹੈ ਸਾਰਿਆਂ ਨੂੰ ਅਗਰ ਕਲੀਅਰ ਹੈ ਰਾਜੇ ਤਾਂ ਫਟਾਫਟ ਇੱਕ ਵਾਰ ਥੰਮ ਪ੍ਰੈਸ ਕਰ ਦੋ ਫਟਾਫਟ ਥੰਮ ਪ੍ਰੈਸ ਕਰ ਦੋ ਕਿ ਹਾਂ ਜੀ ਸਰ ਇਹ ਸਾਨੂੰ ਕਲੀਅਰ ਹੋ ਗਿਆ ਫਿਰ ਆਪਾਂ ਚੱਲੀਏ ਅਗਲੇ ਕੁਐਸਚਨ ਤੇ ਲਾਈਕ ਜ਼ਰੂਰ ਕਰ ਦਿਓ ਰਾਜੇ ਸੈਸ਼ਨ ਨੂੰ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਉਹ ਲਾਈਕ ਜ਼ਰੂਰ ਕਰ ਦਿਓ ਚਲੋ ਜੀ ਅਗਲੇ ਕੁਐਸਚਨ ਆ ਗਿਆ ਜੀ ਤੁਹਾਡੀ ਸਕਰੀਨ ਤੇ ਲੋ ਜੀ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਆ ਰਿਹਾ ਜੀ ਫਟਾਫਟ ਦੱਸੋ ਕੀ ਹੋਏਗਾ ਆਨਸਰ ਕੀ ਕਹਿੰਦਾ ਹੈ ਕਹਿੰਦਾ ਜੀ ਏ इज द ਫਾਦਰ ਆਫ ਐਕਸ ਬੀ इज द ਮਦਰ ਆਫ ਵਾਈ ਦਾ ਸਿਸਟਰ ਆਫ ਐਕਸ ਐਂਡ ਵਾਈ x and z is y which of the following statement is definitely false haan ji galat statement apan nu dasni hai ki hoyegi is var jo galat hoyegi oh apna ki hoyega oh apna answer hoyega so fatafat fatafat ek var session nu share karo te is da answer vi fatafat karo haan ji ki hoyega daso answer ki hoyega ਅਨਸਰ ਸਾਰਿਆਂ ਨੇ ਕਰਨੇ ਆ राजे ਕੋਈ ਵੀ ਬੱਚਾ ਇਹ ਜਾਂ ਨਹੀਂ ਹੋਏਗਾ ਜੋ ਅਨਸਰ ਨਹੀਂ ਕਰੇਗਾ ਤੇ ਅੱਜ ਤੁਹਾਨੂੰ ਪਤਾ ਹੈ ਜੀ ਅੱਜ ਸਤੰਬਰ 5 ਹੈ ਤੇ ਅੱਜ ਆਪਣੇ ਵਾਸਤੇ ਇੱਕ ਸਪੈਸ਼ਲ ਟੀਚਰਸ ਦੀ ਤਰਫ ਤੋਂ ਗਿਫਟ ਵੀ ਹੈ ਵੈਸੇ ਤਾਂ ਅੱਜ ਟੀਚਰਸ ਦਾ ਡੇ ਹੈ ਸਟੂਡੈਂਟਸ ਨੂੰ ਕੁਝ ਗਿਫਟ ਕਰਨਾ ਚਾਹੀਦਾ ਹੈ ਲੇਕਿਨ ਪੰਜਾਬ ਵੱਡਾ 247 ਕੀ ਕਰ ਰਿਹਾ ਹੈ ਜਸਟ ਇਸ ਦਾ ਉਲਟਾ ਕਰ ਰਿਹਾ ਹੈ ਮਤਲਬ ਟੀਚਰਸ ਹੀ ਕੀ ਕਰ ਰਹੇ ਨੇ ਬੱਚਿਆਂ ਵਾਸਤੇ ਗਿਫਟ ਲੈ ਕੇ ਆਏ ਨੇ ਕਿਉਂ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਬੱਚੇ ਹਲੇ ਕੀ ਨੇ ਸਟਰਗਲ ਕਰ ਰਹੇ ਨੇ ਸਾਨੂੰ ਉਹਨਾਂ ਨੂੰ ਗਿਫਟ ਦੇਣੀ ਚਾਹੀਦੀ ਹੈ ਮਤਲਬ ਅਸੀਂ ਉਹਨਾਂ ਨੂੰ ਗਿਫਟ ਦਈਏ ਹਨਾ ਕਿਉਂ ਕਿਉਂਕਿ ਉਹ ਸਾਡੇ ਇੰਨੇ ਪਿਆਰੇ ਬੱਚੇ ਨੇ ਅੱਜ ਸਟਰਗਲ ਕਰ ਰਹੇ ਨੇ ਕੱਲ ਨੂੰ ਜੋਬ ਲੱਗਣਗੇ ਔਰ ਫਿਰ ਅੱਗੇ ਉਹ ਕੀ ਕਰਨਗੇ ਆਪ ਦਾ ਨਾਮ ਰੋਸ਼ਨ ਕਰਨਗੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ ਔਰ ਅਕੈਡਮੀ ਦਾ ਨਾਮ ਰੋਸ਼ਨ ਕਰਨਗੇ ਪੰਜਾਬ ਵੱਡਾ 247 ਦਾ ਨ ਲਈ ਅੱਜ ਟੀਚਰਸ ਡੇ ਦੇ ਮੌਕੇ ਦੇ ਉੱਪਰ ਤੁਹਾਨੂੰ ਦਿੱਤਾ ਜਾ ਰਿਹਾ ਹੈ ਜੀ ਡਬਲ ਵੈਲਿਡਿਟੀ ਦਾ ਸ਼ਾਨਦਾਰ ਗਿਫਟ ਹਨਾ ਪਤਾ ਹੈ ਸਾਰਿਆਂ ਨੂੰ ਡਬਲ ਵੈਲਿਡਿਟੀ ਦਾ ਕੀ ਮਿਲ ਰਿਹਾ ਜੀ ਸ਼ਾਨਦਾਰ ਗਿਫਟ ਜਿੰਨੇ ਵੀ ਪੰਜਾਬ ਦਾ ਮਹਾਪੈਕ ਹੈ ਜਾਂ ਅੱਡਾ 247 ਦੇ ਜੋ ਵੀ ਮਹਾਪੈਕ ਨੇ ਚਾਹੇ ਉਹ SSC ਤੋਂ ਰਿਲੇਟਡ ਹੈ ਬੈਂਕ ਤੋਂ ਰਿਲੇਟਡ ਹੈ ਰੇਲਵੇ ਤੋਂ ਰਿਲੇਟਡ ਹੈ ਜੀ ਡਿਫੈਂਸ ਤੋਂ ਰਿਲੇਟਡ ਹੈ ਕੋਈ ਵੀ XYZ ਕੁਝ ਵੀ ਜੋ ਵੀ ਮਹਾਪੈਕ ਜਿਸ ਵੀ ਸੰਚਿਤ ਹੋ ਰਿਲੇਟਡ ਹੈ ਉਹ ਸਭ ਦੇ ਉੱਪਰ ਚੱਲ ਰਹੀ ਹੈ ਜੀ ਡਬਲ ਵੈਲਿਡਿਟੀ ਤੇ ਤੁਹਾਨੂੰ ਮੇਰਾ ਕੋਡ ਤਾਂ ਪਤਾ ਹੀ ਹੈ ਕੋਡ ਕੀ ਹੈ ਜੀ ਆਪਣਾ Y592 ਹਾਂਜੀ ਫਟਾਫਟ ਕਰੋ ਰਾਜੇ ਅਨਸਰ ਕੀ ਹੋਏਗਾ ਓਕੇ 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 ਚਲੋ ਅਲੱਗ ਅਲੱਗ ਆਨਸਰ ਕਰ ਰਹੇ ਨੇ ਕਾਫੀ ਜਣੇ ਸੀ ਦੇ ਨਾਲ ਜਾ ਰਹੇ ਨੇ ਚਲੋ ਚੈੱਕ ਕਰਦੇ ਹਾਂ ਰਾਜੇ ਕੀ ਹੋਏਗਾ ਕਹਿੰਦਾ ਏ ਇਜ਼ ਦਾ ਫਾਦਰ ਆਫ ਐਕਸ ਏ ਜਿਹੜਾ ਹੈ ਏ ਐਕਸ ਦਾ ਕੀ ਹੈ ਜੀ ਫਾਦਰ ਹੈ ਆ ਲਓ ਜੀ ਆਪਾਂ ਬਣਾਤਾ ਜੀ ਫਾਦਰ ਫਿਰ ਕੀ ਕਹਿੰਦਾ ਬੀ ਇਜ਼ ਦਾ ਮਦਰ ਆਫ ਵਾਈ ਹੁਣ ਦੇਖੋ ਬੀ ਆਪਣੇ ਕੋਲ ਹੈ ਨਹੀਂ ਹੈ ਛੱਡ ਦਿਓ ਕੀ ਕਹਿੰਦਾ ਦਾ ਸਿਸਟਰ ਆਫ ਐਕਸ ਐਂਡ ਜ਼ੈਡ ਇਜ਼ ਵਾਈ ਐਕਸ ਔਰ ਜ਼ੈਡ ਦੀ ਜਿਹੜੀ ਸਿਸਟਰ ਹੈ ਉਹ ਕੌਣ ਹੈ y ਹੈ ਹਾਂਜੀ ਉਹਨੇ ਕਹਿ ਤਾ 10 ਸਿਸਟਰ ਆਫ x ਐਂਡ z ਇਜ਼ y y ਇਹਨਾਂ ਦੀ ਕੀ ਹੈ ਸਿਸਟਰ ਹੈ ਲੇਕਿਨ ਆਪਾਂ ਨੂੰ ਇਹ ਕਨਫਰਮ ਨਹੀਂ ਹੈ ਕਿ x ਤੇ z ਕੀ ਨੇ ਤਾਂ ਉਹ ਕੀ ਕਹਿ ਰਿਹਾ ਅੱਗੇ ਕਹਿੰਦਾ ਜੀ b ਇਜ਼ ਦਾ ਮਦਰ ਆਫ y ਹੁਣ b ਜੇ y ਦੀ ਕੀ ਹੈ ਮਦਰ ਹੈ ਤਾਂ ਉਹ x ਤੇ z ਦੀ ਵੀ ਕੀ ਹੋਈ ਮਦਰ ਹੋਈ ਤੇ a ਦੀ ਕੀ ਹੋਗੀ ਵਾਈਫ ਹੋਗੀ ਕਹਿੰਦਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਡੈਫੀਨੇਟਲੀ ਕੀ ਹੈ ਫਾਲਸ ਗਲਤ ਕਿਹੜਾ ਹੋਏਗਾ ਕਹਿੰਦੇ ਚੋ ਕਹਿੰਦਾ ਇਹ ਸਟੇਟਮੈਂਟ ਜਿਹੜੀਆਂ ਨੀਚੇ ਦਿੱਤੀਆਂ ਇੰਨਾਂ ਚੋਂ ਇੱਕ 100% ਗਲਤ ਹੈ ਤੇ ਉਹ ਗਲਤ ਸਟੇਟਮੈਂਟ ਕੀ ਹੋਏਗਾ ਆਪਣਾ ਆਨਸਰ ਹੋਏਗਾ ਕਹਿੰਦਾ ਬੀ ਇਜ਼ ਦਾ ਵਾਈਫ ਆਫ ਏ ਬੀ ਇਜ਼ ਦਾ ਵਾਈਫ ਆਫ ਏ ਹਾਂਜੀ ਬਿਲਕੁਲ ਹੈ ਤਾਂ ਇਹ ਤਾਂ ਸਹੀ ਹੋਗੀ ਪਰ ਆਪਣਾ ਤਾਂ ਆਨਸਰ ਕਿਹੜਾ ਹੋਣਾ ਚਾਹੀਦਾ ਹੈ ਗਲਤ ਵਾਲਾ ਤਾਂ ਇਹ ਗਲਤ ਹੋ ਗਿਆ ਜੀ ਫਿਰ ਕਹਿੰਦਾ ਬੀ ਹੈਜ਼ b has one daughter ਕਹਿੰਦਾ b has one daughter ਤਾਂ ਬਿਲਕੁਲ b ਦਾ ਇੱਕ ਵਾਰ ਤਾਂ ਆਪਾਂ ਨੂੰ ਲੱਗ ਰਿਹਾ ਕਿ ਉਹਦੀ ਇੱਕ ਹੀ ਕੁੜੀ ਹੈ ਲੇਕਿਨ ਉਹਨੇ ਆਪਾਂ ਨੂੰ ਇਹ ਨਹੀਂ ਕਿਹਾ ਕਿ only one ਉਹਨੇ only one ਦੀ ਗੱਲ ਨਹੀਂ ਕੀਤੀ ਹੋ ਸਕਦਾ x ਵੀ ਹੋਵੇ ਹੋ ਸਕਦਾ z ਵੀ ਉਹਦੀ ਡਾਟਰ ਹੋ ਸਕਦਾ ਇਹਨੂੰ ਆਪਾਂ ਇੱਕ ਵਾਰ ਛੱਡ ਦਿੰਦੇ ਹਾਂ ਚਲੋ ਅੱਗੇ ਦੇਖਦੇ ਹਾਂ ਕਹਿੰਦਾ y इज द son of a ਕਹਿੰਦਾ ਜਿਹੜਾ y ਹੈ ਉਹ son of a ਹੈ a ਦਾ son ਹੈ ਨਹੀਂ ਜੀ a ਕੀ ਹੈ a ਤਾਂ ਕੁੜੀ ਹੈ 100% ਪਤਾ ਹੈ ਆਪਾਂ ਨੂੰ ਜਿਹੜਾ ਵਾਈ ਹੈ ਉਹ ਇਹਦੀ ਕੀ ਹੈ ਵਾਈ ਜਿਹੜੀ ਹੈ ਉਹ ਇਹਦੀ ਕੀ ਹੈ ਇਹਦੀ ਕੀ ਹੈ ਜੀ ਇਹਦੀ ਹੈ ਜੀ ਡਾਟਰ ਤਾਂ ਇਹ ਆਪਾਂ ਨੂੰ ਕੀ ਹੈ ਕਨਫਰਮ ਹੈ 100% ਕਨਫਰਮ ਹੈ ਕਿ ਇਹ ਉਹਦੀ ਡਾਟਰ ਹੈ ਇਹ ਕਹਿ ਰਿਹਾ ਜੀ son ਹੈ ਤਾਂ ਇਟ ਇਹ ਸਟੇਟਮੈਂਟ ਕੀ ਹੋਗੀ ਗਲਤ ਹੋਗੀ ਤਾਂ ਗਲਤ ਹੋਗੀ ਤਾਂ ਇਹ ਆਪਣਾ ਕੀ ਹੋ ਗਿਆ ਇਹ ਆਨਸਰ ਹੋ ਗਿਆ ਹੁਣ ਦੇਖੋ ਇੱਥੇ ਕਈ ਬੱਚੇ ਕਹਿਣਗੇ ਸਰ B ਹੈਜ਼ 1 ਡਾਟਰ ਆਪਾਂ ਨੂੰ ਲੱਗ ਰਿਹਾ ਜੀ ਵੀ ਲੇਕਿਨ ਰਾਜੇ ਇੰਨਾ ਦਾ ਜੈਂਡਰ ਕਲੀਅਰ ਨਹੀਂ ਹੈ ਇਹਨਾਂ ਚ ਹੋ ਸਕਦਾ Z ਵੀ ਕੁੜੀ ਹੋਵੇ ਹੋ ਸਕਦਾ X ਵੀ ਕੀ ਹੋਵੇ ਕੁੜੀ ਹੋਵੇ ਉਹਨੇ ਆਪਾਂ ਨੂੰ ਕਿੱਥੇ ਨਹੀਂ ਕਿਹਾ ਕਿ ਇਹ son ਹੈ ਜਾਂ ਡਾਟਰ ਹੈ ਉਹਨੇ ਸਿਰਫ ਇੰਨਾ ਕਿਹਾ ਸੀ X ਦਾ ਜਿਹੜਾ ਫਾਦਰ ਹੈ ਉਹ A ਹੈ ਤਾਂ ਉਥੋਂ A ਦਾ ਜੈਂਡਰ ਪਤਾ ਲੱਗਿਆ X ਦਾ ਜੈਂਡਰ ਪਤਾ ਨਹੀਂ ਲੱਗਿਆ ਇਸ ਵਜ੍ਹਾ ਨਾਲ B ਆਪਸ਼ਨ ਕੀ ਹੋ ਗਿਆ ਗਲਤ ਹੋ ਗਿਆ ਕਹਿੰਦਾ X इज द सिस्टर ऑफ Z ਕਹਿੰਦਾ X ਜਿਹੜਾ ਹੈ ਉਹ Z ਦੀ ਸਿਸਟਰ ਹੈ ਉਹ ਵੀ ਆਪਾਂ ਨੂੰ ਕਨਫਰਮ ਨਹੀਂ ਹੈ ਤਾਂ ਇਹ ਵੀ ਕੀ ਹੋ ਗਿਆ ਜੀ ਗਲਤ ਹੋ ਗਿਆ ਤਾਂ ਆਨਸਰ ਕੀ ਹੋ ਗਿਆ ਆਨਸਰ ਹੋ ਗਿਆ राजे ਸੀ ਅਗਰ ਇਹ ਕੁਐਸਚਨ ਤੁਹਾਨੂੰ ਵਧੀਆ ਲੱਗਿਆ ਤਾਂ ਫਟਾਫਟ ਇੱਕ ਵਾਰ ਥੰਬਪਤਾ ਬਣਦਾ ਹੀ ਹੈ ਔਰ ਕਾਫੀ ਬੱਚੇ ਨੇ ਸੀ ਵੀ ਕੀਤਾ ਸੀ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਹਨਾ ਕਿਉਂਕਿ ਇੱਕ ਆਨਸਰ ਉਹਨਾਂ ਦਾ ਫਾਈਨਲੀ ਸਹੀ ਹੋ ਗਿਆ ਫਟਾਫਟ ਸਾਰੇ ਜਣੇ ਇੱਕ ਵਾਰ ਥੰਬ ਪ੍ਰੈਸ ਕਰ ਦੋਗੇ ਹਾਂਜੀ ਸਰ ਇਹ ਚੀਜ਼ ਕਲੀਅਰ ਹੋ ਗਈ ਫੇਰ ਚੱਲੀਏ ਅੱਪਗੇ ਹਾਂਜੀ ਹਾਂਜੀ ਬਿਲਕੁਲ ਹੁਣ ਸੀ 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 ਲੋਕੀ ਟਾਈਪ ਕਰ ਰਹੇ ਨੇ ਮਤਲਬ ਆਪਣੇ ਸਟੂਡੈਂਟ ਸਾਰੇ ਟਾਈਪ ਕਰ ਰਹੇ ਨੇ ਵੈਰੀ ਗੁੱਡ ਰਾਜੇ ਵੈਰੀ ਗੁੱਡ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਹਾਂ ਜੀ ਅਗਲਾ ਕੁਐਸਚਨ ਕੀ ਹੈ ਦੇਖੋ ਲੋ ਜੀ ਅਗਲਾ ਕੁਐਸਚਨ ਤੁਹਾਡੇ ਸਕਰੀਨ ਦੇ ਉੱਪਰ ਆ ਚੁੱਕਿਆ ਤੇ ਅਗਲੇ ਕੁਐਸਚਨ ਦੇ ਅੰਦਰ ਹੈ ਕੀ ਦੇਖ ਲੋ ਕਹਿੰਦਾ ਜੀ ਕੇ ਇਜ਼ ਸੀਨੀਅਰ ਟੂ ਜੀ ਜੀ ਇਜ਼ ਸੀਨੀਅਰ ਟੂ ਏ ਏ ਇਜ਼ ਜੂਨੀਅਰ ਟੂ ਆਰ ਐਂਡ ਆਰ ਇਜ਼ ਜੂਨੀਅਰ ਟੂ ਜੀ ਜੂਨੀਅਰ ਜੀ ਕੁਝ ਯਾਦ ਆਇਆ ਹਾਂਜੀ ਜੂਨੀਅਰ ਜੀ ਇੱਕ ਸੀਰੀਅਲ ਆਂਦਾ ਸੀ ਨਾ ਜੂਨੀਅਰ ਜੀ ਉਹ ਵਾਲੇ ਆ ਗਏ ਚਲੋ ਅੱਗੇ ਕੀ ਕਹਿ ਰਿਹਾ ਕਹਿੰਦਾ ਹੂ ਇਜ਼ ਦਾ ਮੋਸਟ ਸੀਨੀਅਰ ਕਹਿੰਦਾ ਸਭ ਤੋਂ ਸੀਨੀਅਰ ਕੌਣ ਹੈ ਹਾਂਜੀ ਇੱਕ ਗਰੁੱਪ ਦਿੱਤਾ ਹੋਇਆ ਉਸ ਦੇ ਅੰਦਰ ਸਭ ਤੋਂ ਸੀਨੀਅਰ ਪੁੱਛਿਆ ਆਪਣੇ ਤੋਂ ਕਿ ਸੀਨੀਅਰ ਕੌਣ ਹੈ ਚਲੋ ਚੈੱਕ ਕਰਦੇ ਹਾਂ ਰਾਜੇ ਕੀ ਹੋਏਗਾ ਕਹਿੰਦਾ ਜੀ ਕੇ ਇਜ਼ ਸੀਨੀਅਰ ਟੂ ਜੀ ਮੈਂ ਲਿਖਦਾ ਜੀ ਕੇ ਜਿਹੜਾ ਹੈ ਉਹ ਸੀਨੀਅਰ ਹੈ ਜੀ ਜੀ ਤੋਂ ਜਿਹੜਾ ਸੀਨੀਅਰ ਹੈ ਉਹ ਵੱਡਾ ਹੁੰਦਾ ਆਪਾਂ ਉੱਪਰ ਨੂੰ ਲਿਖਦਾ ਕਹਿੰਦਾ ਜੀ ਇਜ਼ ਸੀਨੀਅਰ ਟੂ ਏ ਜੀ ਜਿਹੜਾ ਹੈ ਉਹ ਸੀਨੀਅਰ ਹੈ ਜੀ ਏ ਤੋਂ ਹੁਣ ਦੇਖੋ a ਤੋਂ ਸੀਨੀਅਰ ਹੈ ਤਾਂ g ਤੋਂ ਅਗਰ k ਸੀਨੀਅਰ ਹੈ ਤਾਂ ਆਟੋਮੈਟਿਕ ਹੋ ਗਿਆ a ਤੋਂ k ਵੀ ਕੀ ਹੋਏਗਾ ਸੀਨੀਅਰ ਹੋਏਗਾ ਠੀਕ ਹੈ ਜੀ ਫਿਰ ਕਹਿੰਦਾ a ਇਜ਼ ਜੂਨੀਅਰ ਟੂ r a ਜਿਹੜਾ ਹੈ r ਤੋਂ ਜੂਨੀਅਰ ਹੈ ਹੁਣ ਦੇਖੋ r ਇੱਥੇ ਹੋਇਆ ਤਾਂ ਵੀ a ਜੂਨੀਅਰ ਹੈ r ਅਗਰ ਇੱਥੇ ਹੋਇਆ ਤਾਂ ਵੀ r ਜੂਨੀਅਰ ਹੈ ਔਰ a ਅਗਰ r ਇੱਥੇ ਹੋਇਆ ਤਾਂ a ਫਿਰ ਵੀ ਜੂਨੀਅਰ ਹੈ ਕਹਿੰਦਾ a ਇਜ਼ ਜੂਨੀਅਰ ਟੂ r ਐਂਡ r ਇਜ਼ ਜੂਨੀਅਰ ਟੂ g ਹੁਣ ਇੱਥੇ ਦੇਖੋ ਪਹਿਲਾਂ ਤਿੰਨ ਕੰਡੀਸ਼ਨਾਂ ਬਣੀਆਂ ਲੇਕਿਨ ਅਗਲੀ ਲਾਈਨ ਚ ਇਹਨੇ ਕੀ ਕਹਤਾ ਕਹਿੰਦਾ ਜੀ आर इज जूनियर टू जी भी आर वो जी तो भी की है जूनियर है तो जूनियर जूनीयर थलेगा इट मीनस आ कंडीशन गलत आ कंडीशन भी गलत तो फिर कहें हु इज द मोस्ट सीनियर मोस्ट सीनियर कौन है हम अपने कोस की बन गई के जी आर ए तो सब तो मोस्ट सीनियर कौन है मोस्ट सीनियर कौन होएगा मोस्ट सीनियर होए गए साढ़े के साहब हाँ जी कौन होने गे? के साहब होने अपना आंसर की होजूगा आंसर हो, हो जी सी हाँ जी ਕਲੀਅਰ ਹੈ ਸਾਰਿਆਂ ਨੂੰ ਕਲੀਅਰ ਹੈ ਮਤਲਬ ਕਿ ਉਹ ਬੰਦਾ ਹੈ ਜਿਹਨੇ ਸਭ ਤੋਂ ਜ਼ਿਆਦਾ ਤਾਨੇ ਮਾਰੇ ਹੈ ਹਨਾ ਕਿ ਕੀ ਹੈ ਮੋਸਟ ਸੀਨੀਅਰ ਪਰਸਨ ਹੈ ਤਾਂ ਸੀਨੀਅਰ ਕੀ ਹੋ ਗਿਆ ਕੇ ਹੋ ਗਿਆ ਤਾਂ ਆਨਸਰ ਹੋ ਗਿਆ ਆਪਣਾ ਸੀ ਤਾਂ ਫਟਾਫਟ ਇੱਕ ਵਾਰ ਥੰਮ ਪ੍ਰੈਸ ਕਰ ਦਿਓ ਸਾਰੇ ਜਿਹਨੇ ਕਿ ਹਾਂਜੀ ਸਰ ਇਹ ਚੀਜ਼ ਸਾਨੂੰ ਕਲੀਅਰ ਹੋ ਗਈ ਇਸ ਟਾਈਪ ਦਾ ਵੀ ਅਗਰ ਕੁਐਸਚਨ ਆਂਦਾ ਹੈ ਤਾਂ ਵੀ ਆਪਾਂ ਚੱਕ ਦੇਾਂਗੇ ਉਹ ਬੰਦਾ ਪਹਿਲਾ ਨਿਸ਼ਾਨੇ ਤੇ ਹੋਏਗਾ ਚਲੋ ਜੀ ਅਗਲਾ ਕੁਐਸਚਨ ਕੀ ਹੈ ਜੀ ਲੋ ਜੀ ਅਗਲਾ ਕੁਐਸਚਨ ਨਹੀਂ ਅਗਲਾ ਕੀ ਆ ਗਿਆ ਜੀ ਹੋਮਵਰਕ ਆ ਗਿਆ ਤਾਂ ਇਹ ਦੇਖੋ ਇਹ ਜਿਹੜਾ ਹੈਗਾ ਇਹ ਤੁਹਾਡੇ ਵਾਸਤੇ ਕੀ ਹੈ ਜੀ ਇਹ ਹੈ ਜੀ ਅੱਜ ਦਾ ਹੋਮਵਰਕ ਤਾਂ ਤੁਸੀਂ ਸਾਰਿਆਂ ਨੇ ਮੈਨੂੰ ਕਮੈਂਟ ਬਾਕਸ ਦੇ ਅੰਦਰ ਇਸ ਦਾ ਆਨਸਰ ਜ਼ਰੂਰ ਕਰਨਾ ਹੈ ਕਿਉਂਕਿ ਤੁਸੀਂ ਜਦੋਂ ਕਮੈਂਟ ਬਾਕਸ ਦੇ ਅੰਦਰ ਆਨਸਰ ਕਰਦੇ ਹੋ ਤਾਂ ਸਾਨੂੰ ਬੜਾ ਮੋਟੀਵੇਸ਼ਨ ਮਿਲਦਾ ਹੈ ਔਰ ਮੈਂ ਮੋਸਟਲੀ ਰਿਪਲਾਈ ਵੀ ਕਰਦਾ ਹਾਂ ਕਈ ਵਾਰ ਨਹੀਂ ਕਰ ਪਾਉਂਦੇ ਲੇਕਿਨ ਅਸੀਂ ਰਿਪਲਾਈ ਜ਼ਰੂਰ ਕਰਦੇ ਹਾਂ ਤਾਂ फटाफट ਇਸ ਦਾ ਸਕਰੀਨਸ਼ਾਟ ਲੈ ਲਓ ਸਾਰੇ ਜਣੇ ਇੱਕ ਵਾਰ ਤੇ ਇਹਨੂੰ ਤੁਸੀਂ ਕਮੈਂਟ ਬਾਕਸ ਦੇ ਅੰਦਰ ਇਸ ਦਾ ਆਨਸਰ ਜ਼ਰੂਰ ਕਰਨਾ ਹੈ ਠੀਕ ਹੈ ਜੀ ਚਲੋ ਅੱਗੇ ਕੀ ਹੈ ਜੀ ਦੇਖਦੇ ਕੁਝ ਸਪੈਸ਼ਲ ਅੱਜ ਕੀ ਹੈ ਜੀ ਅੱਜ ਵੈਸੇ ਮੋਸਟਲੀ ਕੀ ਹੈ ਤੁਸੀਂ ਕਈ ਵਾਰ ਸਾਨੂੰ ਕਹਿੰਦੇ ਹੋ ਥੈਂਕ ਯੂ ਸਰ ਤੁਸੀਂ ਅੱਜ ਕਲਾਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਕੀ ਹੈ ਅੱਜ ਅਸੀਂ ਤੁਹਾਡੇ ਵਾਸਤੇ ਕੀ ਲੈ ਕੇ ਆਏ ਥੈਂਕ ਯੂ ਲੈ ਕੇ ਆਏ ਕਿਉਂ ਲੈ ਕੇ ਆਏ ਕਿਉਂਕਿ ਅੱਜ ਕੁਝ ਸਪੈਸ਼ਲ ਹੈ ਸਪੈਸ਼ਲ ਕੀ ਹੈ ਦੇਖੋ ਕਹਿੰਦਾ ਜੀ ਥੈਂਕ ਯੂ ਫੋਰ ਬੀਇੰਗ ਏ ਮੈਰੀਟੋਰੀਅਸ ਸਟੂਡੈਂਟ I am proud to be your teacher. ਹਾਂਜੀ ਬਿਲਕੁਲ ਮੈਂ ਵੀ ਇਸ ਚੀਜ਼ ਦਾ ਬੜਾ ਗਰਵ ਮਹਿਸੂਸ ਕਰਦਾ। ਬੜਾ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਮੈਂ ਤੁਹਾਡਾ ਟੀਚਰ ਹਾਂ ਔਰ ਮੈਂ ਤੁਹਾਨੂੰ ਸਭ ਨੂੰ ਇੱਥੇ ਟੀਚ ਕਰ ਰਿਹਾ ਕਿਉਂਕਿ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ, ਇੰਨਾ ਮਾਨ ਸਤਕਾਨ ਸਤਕਾਰ ਦੇ ਰਹੇ ਹੋ ਔਰ ਸੈਸ਼ਨ ਨੂੰ ਸ਼ੇਅਰ ਵੀ ਕਰਦੇ ਹੋ, ਲਾਈਕ ਵੀ ਕਰਦੇ ਹੋ। ਸਭ ਕਿਸ ਦੇ ਲਈ ਕਰ ਰਹੇ ਹੋ? ਸਾਡੇ ਲਈ ਕਰ ਰਹੇ ਹੋ। ਉਸ ਦੇ ਲਈ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਹਾਂ ਜੀ। ਪੰਜਾਬ ਅੱਡਾ 247 ਦੀ ਪੂਰੀ ਟੀਮ ਤੁਹਾਨੂੰ ਧੰਨਵਾਦ ਕਰਦੀ ਹੈ ਕਿਉਂਕਿ ਤੁਸੀਂ ਕਿਉਂ? ਤੁਸੀਂ ਸਾਡੇ ਹੋ, ਸਭ ਤੋਂ ਪਿਆਰੇ ਸਟੂਡੈਂਟ। ਤਾਂ ਇਸੇ ਸਪੈਸ਼ਲਟੀ ਟੀਚਰਸ ਦੇ ਦੇ ਮੌਕੇ ਦੇ ਅੱਜ ਉੱਪਰ ਆ ਜਾ ਤੁਹਾਨੂੰ ਕੀ ਮਿਲਿਆ ਡਬਲ ਵੈਲੀਡਿਟੀ ਦਾ ਕੀ ਮਿਲਿਆ ਸਪੈਸ਼ਲ ਗਿਫਟ ਮਿਲਿਆ ਠੀਕ ਹੈ ਜੀ ਉਸ ਤੋਂ ਬਾਅਦ ਗਿਫਟ ਹੋਰ ਸਾਨੂੰ ਕੀ ਚਾਹੀਦਾ ਉਹ ਵੀ ਸੁਣੋ ਸਾਨੂੰ ਸਪੈਸ਼ਲ ਗਿਫਟ ਤੁਹਾਡੇ ਤੋਂ ਕੀ ਚਾਹੀਦਾ ਸਾਨੂੰ ਸਪੈਸ਼ਲ ਗਿਫਟ ਚਾਹੀਦਾ ਤੁਹਾਡੇ ਚਿਹਰੇ ਤੇ ਸਮਾਈਲ ਔਰ ਗਵਰਨਮੈਂਟ ਜੌਬ ਦੀ ਮੋਰ ரைਟ ਹੈ ਗਵਰਨਮੈਂਟ ਜੌਬ ਦੀ ਮੋਰ ਔਰ ਕੀ ਚਾਹੀਦੀ ਹੈ ਫੇਸ ਦੇ ਉੱਪਰ ਸਮਾਈਲ ਫਿਰ ਇੱਕ ਦਿਨ ਅਸੀਂ ਇੱਥੇ ਇਕੱਠੇ ਬੈਠਾਂਗੇ ਸਭ ਜਿਹਨੇ ਚਾਹ ਪਾਣੀ ਪਕੋੜੇ ਸਭ ਕੁਝ ਪ੍ਰਬੰਧ ਕਰਾਂਗੇ ਹਨਾ ਚਲੋ ਦੇਖੋ ਕਹਿੰਦੇ ਆ ਜੀ ਆ ਗਿਆ ਜੀ ਟੀਚਰ ਡੇ স্পেশাল ਗਿਫਟ ਹਾਂਜੀ ਆ ਗਿਆ ਟੀਚਰ ਡੇ স্পেশাল ਗਿਫਟ ਟੀਚਰਸ ਡੇ স্পেশাল ਗਿਫਟ ਕੀ ਕੋਚ ਹੈ ਕਹਿੰਦੇ ਇੱਕ ਸਲਾਮ ਹਮਾਰੇ ਟੋਪ ਐਜੂਕੇਟਰਸ ਕੇ ਨਾਮ ਹਾਂਜੀ ਇੱਕ ਸਲਾਮ ਤਾਂ ਉਹਨਾਂ ਨੂੰ ਵੀ ਬਣਦਾ ਜਿਨ੍ਹਾਂ ਨੇ ਸਾਨੂੰ ਪੜਾਇਆ ਅਸੀਂ ਤੁਹਾਨੂੰ ਪੜਾ ਰਹੇ ਹਾਂ ਤੁਸੀਂ ਸਾਨੂੰ ਕਰੋਗੇ ਅਸੀਂ ਉਹਨਾਂ ਨੂੰ ਕਰਾਂਗੇ ਜਿੰਨਾ ਤੋਂ ਅਸੀਂ ਪੜੇ ਹਾਂ ਤੇ ਉਹ ਉਹਨਾਂ ਨੂੰ ਕਰਨਗੇ ਜਿੰਨਾ ਤੋਂ ਉਹ ਪੜੇ ਨੇ ਤਾਂ ਮਤਲਬ ਇੱਕ ਸਲਾਮਤਾ ਜ਼ਰੂਰ ਬੰਦਾ ਕਿਨਾਂ ਨੂੰ ਜੋ ਟੌਪ ਐਜੂਕੇਟਰਸ ਨੇ ਜੋ ਕੀ ਹੈ ਬੱਚਿਆਂ ਦਾ ਭਵਿੱਖ ਸੁਧਾਰ ਰਹੇ ਨੇ ਉਹਨਾਂ ਦੇ ਨਾਮ ਤਾਂ ਇੱਥੇ ਕੀ ਲਿਖਿਆ ਹੋਇਆ ਕਹਿੰਦੇ ਜੀ ਥੈਂਕ ਯੂ ਉਨਹੇ ਜੋ ਬਦਲਤੇ ਹਨ گورਨਮੈਂਟ ਜੌਬ ਕੇ گورਨਮੈਂਟ ਜੌਬ ਕੇ ਸੁਪਨੇ ਕੋ ਹਕੀਕਤ ਮੇ ਹਾਂਜੀ ਉਹਨਾਂ ਸਾਰਿਆਂ ਦਾ ਧੰਨਵਾਦ ਜੋ ਇੱਕ گورਨਮੈਂਟ ਜੌਬ ਦਾ ਸੁਪਨਾ ਲੈ ਕੇ ਜੋ ਐਸਪੀਰੈਂਟਸ ਤਿਆਰੀ ਕਰ ਰਹੇ ਨੇ ਉਹਨਾਂ ਦਾ ਸੁਪਨੇ ਨੂੰ گورਨਮੈਂਟ ਜੌਬ ਦਿਵਾ ਕੇ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਦੇ ਨੇ ਤਾਂ ਇਸ ਦੇ ਉਪਲਕਸ ਦੇ ਅੰਦਰ ਕੀ ਰੱਖਿਆ ਗਿਆ ਦੇਖੋ ਇੱਥੇ ਰੱਖਿਆ ਗਿਆ ਜੀ ਕੀ ਚੀਜ਼ ਕਿ 77% ਕੀ ਹੈ ਜੀ ਆਫ ਹਾਂਜੀ ਫਲੈਟ 77% ਆਫ ਇਹ ਕਦੋਂ ਮਿਲੂਗਾ ਜਦੋਂ ਤੁਸੀਂ ਕੋਡ ਯੂਜ਼ ਕਰੋਗੇ ਜੀ Y592 हां जी Y592 ਜਦੋਂ ਕੋਡ ਯੂਜ਼ ਕਰੋਗੇ ਤਾਂ ਤੁਹਾਨੂੰ ਕੀ ਮਿਲੇਗਾ ਇੱਕ ਤਾਂ ਡਿਸਕਾਊਂਟ ਮਿਲੇਗਾ ਕਿੰਨੇ 77% ਮਤਲਬ 77% ਡਿਸਕਾਊਂਟ ਪਲੱਸ ਕੀ ਮਿਲ ਰਿਹਾ ਪਲੱਸ ਮਿਲ ਰਿਹਾ ਜੀ ਡਬਲ ਵੈਲਿਡਿਟੀ ਹਾਂ ਜੀ ਜਿੱਥੇ ਪਹਿਲਾਂ ਇਸ ਪੈਕ ਦੀ ਵੈਲਿਡਿਟੀ 12 ਮੰਥ ਦੀ ਸੀਗੀ ਹਾਂ ਜੀ ਜਿੰਨੇ ਵੀ ਰੁਪਏ ਦੇ ਅੰਦਰ ਲਗਭਗ 3100 ਕੁਛ ਰੁਪਏ ਦਾ ਸੀ ਮੈਂ 3100 ਰੁਪਏ ਲੈ ਰਿਹਾ ਤਾਂ 3100 ਰੁਪਏ ਚ 12 ਮੰਥ ਮਿਲ ਰਹੇ ਸੀ ਹੁਣ 3100 ਰੁਪਏ ਚ ਆਪਾਂ ਨੂੰ ਕਿੰਨੀ ਮਿਲ ਰਹੀ ਹੈ ਜੀ 24 ਮੰਥ हां जी ਕਿੰਨੀ ਮਿਲ ਰਹੀ ਹੈ 24 ਮੰਥ ਮਤਲਬ ਡਬਲ ਵੈਲਿਡਿਟੀ ਉਸੇ ਪੈਕ ਦੇ ਉੱਪਰ ਉਸੇ ਪ੍ਰਾਈਸ ਦੇ ਅੰਦਰ ਤੁਹਾਨੂੰ ਡਬਲ ਵੈਲਿਡਿਟੀ ਮਿਲ ਰਹੀ ਹੈ ਤਾਂ ਇਸ ਚੀਜ਼ ਨੂੰ ਇਸ ਮੌਕੇ ਨੂੰ ਆਪਦੇ ਹੱਥੋਂ ਨਾ ਜਾਣ ਦਿਓ ਜਿਨ੍ਹਾਂ ਨੇ ਹਲੇ ਤੱਕ ਪੰਜਾਬ ਦੀ ਤਿਆਰੀ ਕਰਨੀ ਹੈ ਜੋ ਵੀ ਐਗਜ਼ਾਮ ਅਗਿਆਣ ਆਲੇ ਉਹਨਾਂ ਦੀ ਤਿਆਰੀ ਕਰਨੀ ਹੈ ਤਾਂ ਤੁਸੀਂ ਸਾਰੇ ਜਣੇ ਫਟਾਫਟ Y592 ਕੋਡ ਲਾਓ ਤੇ 77% ਡਿਸਕਾਊਂਟ ਦੇ ਨਾਲ ਮਹਾ ਪੈਕ ਦੇ ਉੱਪਰ ਕਿੰਨੇ ਡਬਲ ਵੈਲਿਡਿਟੀ ਦਾ ਆਫਰ ਹੈ ਉਹਨੂੰ ਅੱਜ ਹੀ ਕਰ ਲਓ ਕਿਉਂਕਿ ਇਹ ਅੱਜ ਵਾਸਤੇ ਹੀ ਟੀਚਰਸ ਦੇ ਵਾਸਤੇ ਹੀ ਕੀ ਹੈ ਵੈਲਿਡ ਹੈ ਤਾਂ ਇਹ ਕੋਡ ਯੂਜ਼ ਕਰਨਾ ਹੈ ਜੀ ਤੁਸੀਂ ਕੋਡ ਤੁਹਾਨੂੰ ਦਿਖ ਰਿਹਾ ਹੋਵੇਗਾ Y592 ਹਾਂਜੀ Y592 ਠੀਕ ਹੈ ਜੀ ਚਲੋ ਚਲਿਏ ਜੀ ਅੱਗੇ ਅੱਗੇ ਕੀ ਹੈ ਦੇਖਦੇ ਹਾਂ ਦੇਖੋ ਜੀ ਆ ਰਿਹਾ ਜੀ ਡਬਲ ਵੈਲਿਡਿਟੀ ਹਾਂਜੀ ਕੀ ਆ ਰਿਹਾ ਡਬਲ ਵੈਲਿਡਿਟੀ ਤਾਂ ਇਸ ਤੋਂ ਬਾਅਦ ਕੀ ਹੋਏਗਾ ਦੇਖੋ पी ट्रिपल एसवी फॉरेस्ट गार्ड ਦਾ ਬੈਚ ਹੈ ਕਲਰਕ ਦਾ ਹੈ ਔਰ ਐਕਸਾਈਜ਼ ਇੰਸਪੈਕਟਰ ਔਰ ਸਿਲੈਕਸ਼ਨ ਕਿਡ ਇਹ ਸਾਰੇ ਦੇ ਸਾਰੇ ਰਿਵੀਜ਼ਨ ਬੈਚ ਨੇ ਰਾਜੇ ਇਹ ਕਦੋਂ ਤੋਂ ਸਟਾਰਟ ਹੋ ਰਿਹਾ ਇਹ ਹੋ ਰਿਹਾ ਜੀ ਸਤੰਬਰ ਇਹ ਕਦੋਂ ਤੋਂ ਹੋ ਰਿਹਾ ਇਹ ਹੋ ਰਿਹਾ ਜੀ ਸੈਪਟੰਬਰ 7 ਤੋਂ ਤਾਂ ਜਿਨ੍ਹਾਂ ਨੇ انرੋਲਮੈਂਟ ਲੈਣਾ ਹੈ ਰਿਵੀਜ਼ਨ ਬੈਚ ਦੇ ਅੰਦਰ ਉਹ ਕੋਡ ਲਾਓ ਜੀ Y592 ਤੇ ਫਟਾਫਟ انرੋਲ ਕਰ ਲਓ ਜੀ ਇਸ ਦੇ ਅੰਦਰ ਕਿਉਂਕਿ ਇਹ ਮੌਕਾ ਹੁਣ ਲਾਸਟ ਮੌਕਾ ਹੀ ਹੈ ਰਿਵੀਜ਼ਨ ਬੈਚ ਦੇ ਅੰਦਰ ਉਸ ਤੋਂ ਬਾਅਦ ਜਿਨ੍ਹਾਂ ਨੇ ਪੰਜਾਬ ਪੁਲਿਸ ਐਸਆਈ ਦੀ ਤਿਆਰੀ ਕਰਨੀ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਹੈਡ ਕਨਸਟੇਬਲ ਦੀ ਤਿਆਰੀ ਕਰਨੀ ਹੈ ਤੇ ਇੰਟੈਲੀਜੈਂਸ ਅਸਿਸਟੈਂਟ ਕਨਸਟੇਬਲ ਦੀ ਤਿਆਰੀ ਕਰਨੀ ਹੈ ਉਹ ਵੀ ਫਟਾਫਟ ਇਨਰੋਲਮੈਂਟ ਕਰਾਓ ਜੀ Y592 ਕੋਡ ਲਗਾ ਕੇ ਔਰ ਬੈਚ ਦੇ ਅੰਦਰ ਇਨਰੋਲਮੈਂਟ ਲੋ ਜੋ ਕਿ ਸਟਾਰਟ ਹੋ ਰਹੇ ਨੇ 7 ਸਤੰਬਰ ਤੋਂ ਤੇ ਫਟਾਫਟ ਕਰੋ ਇਨਰੋਲਮੈਂਟ ਔਰ ਕੀ ਆ ਰਿਹਾ ਜੀ ਡਬਲ ਵੈਲਿਡਿਟੀ ਦਾ ਜੋ ਆਫਰ ਆ ਰਿਹਾ ਉਸ ਨੂੰ ਆਪਦੇ ਹੱਥੋਂ ਨਾ ਜਾਣ ਦੋ ਔਰ ਇਹਨਾਂ ਦੇ ਅੰਦਰ ਵੀ ਇਨਰੋਲਮੈਂਟ ਕਰਾ ਲਓ ਜਿਨ੍ਹਾਂ ਨੇ ਐਸਆਈ ਦੀ ਤਿਆਰੀ ਕਰਨੀ ਹੈ ਔਰ ਕਾਦੀ ਤਿਆਰੀ ਕਰਨੀ ਹੈ ਜਿਨ੍ਹਾਂ ਨੇ ਕਰਨੀ ਹੈ ਤਿਆਰੀ ਹੈਡ ਕਨਸਟੇਬਲ ਦੀ ਇੰਟੈਲੀਜੈਂਸ ਅਸਿਸਟੈਂਟ ਦੀ ਔਰ ਉਸਦੇ علاوہ علاوہ ਹੋਰ ਕੀ ਕਰਨਾ ਹੈ ਹੋਰ ਜਿਨ੍ਹਾਂ ਨੇ ਵੀ ਤਿਆਰੀ ਕਰਨੀ ਹੈ ਪੀ ਟ੍ਰਿਪਲ ਐਸ ਵੀ ਸਾਰਿਆਂ ਦੀ ਤੇ ਉਹ ਫਟਾਫਟ ਕੀ ਕਰੋ ਕਿ انرੋਲ ਕਰੋ ਜੀ ਵਾਈ 592 ਕੋਡ ਲਾ ਕੇ ਔਰ ਇਸ ਦੇ ਅੰਦਰ ਜਲਦੀ ਤੋਂ ਜਲਦੀ انرੋਲਮੈਂਟ ਕਰ ਲਓ ਠੀਕ ਹੈ ਜੀ ਚਲੋ ਲਓ ਜੀ ਥੈਂਕ ਥੈਂਕਸ ਫॉर ਵਾਚਿੰਗ ਲਾਈਕ ਕਰਨਾ ਹੈ ਰਾਜੇ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਹੈ ਔਰ ਕੀ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਇਹ ਜ਼ਰੂਰੀ ਕਰਨਾ ਹੈ ਤੁਸੀਂ ਔਰ ਜਿੰਨਾ ਹੋ ਸਕਦਾ ਇਸ ਚੀਜ਼ ਨੂੰ ਸ਼ੇਅਰ ਕਰੋ ਆਪਾਂ ਫੇਰ ਦੁਬਾਰਾ ਮਿਲਦੇ ਹਾਂ ਜੀ ਕਦੋਂ ਆਪਾਂ ਮਿਲਾਂਗੇ ਜੀ ਕੱਲ ਦੁਪਹਿਰੇ ਕਿੰਨੇ ਵਜੇ 1 ਵਜੇ ਪੀ ਟ੍ਰਿਪਲ ਐਸਬੀ ਵਾਸਤੇ ਮਿਲਾਂਗੇ ਜਰਾਦ ਨੂੰ 10 ਵਜੇ ਜਿਸ ਦੇ ਅੰਦਰ ਆਪਾਂ ਕਲਰਕ ਐਕਸਾਈਜ਼ ਇੰਸਪੈਕਟਰ ਫੋਰੈਸਟ ਗਾਰ ਔਰ ਵੀਡੀਓ ਦੀ ਤਿਆਰੀ ਕਰਦੇ ਹਾਂ ਔਰ ਪੰਜਾਬ ਪੁਲਿਸ ਐਸਆਈ ਔਰ ਹੈੱਡ ਕਨਸਟੇਬਲ ਵਾਸਤੇ ਮਿਲਾਂਗੇ ਜੀ ਦੁਪਹਿਰ ਨੂੰ 1 ਵਜੇ ਠੀਕ ਹੈ ਜੀ ਚਲੋ ਮਿਲਦੇ ਹਾਂ ਜੀ ਤਦ ਤੱਕ ਲਈ ਸਾਰਿਆਂ ਨੂੰ ਸ਼ਸ਼ੀਕਾਲ ਜੈ ਹਿੰਦ ਜੈ ਭਾਰਤ ਡੋਲ ਵੀਲ ਸਟਾਰਟ ਹੋ ਗਿਆ